ਇਹ 15 ਸਾਲ ਦੀ ਉਮਰ 'ਚ ਘਰੋਂ ਭੱਜੀ, ਘਰਦਿਆਂ ਨੇ ਇਹਦੇ ਨਾਲੋਂ ਸਾਰੇ ਨਾਤੇ ਤੋੜ ਲਏ, ਜਦੋਂ ਦੇਖਿਆ ਥੋੜਾ ਨਾਂ ਹੋ ਗਿਆ, ਪੈਸਾ ਆ ਗਿਆ, ਭੈਣ ਭਰਾ ਵੀ ਨਾਲ ਰਲ ਗਏ। ਵੀਡੀਓ ਪਾਉਂਦੇ ਹੋ ਜੀ ਮੇਰਾ ਰੇਪ ਕਰਦਾ ਰਿਹਾ, ਰੇਪ ਤਾਂ ਇੱਕ ਵਾਰ ਹੁੰਦਾ, ਬਾਰ ਬਾਰ ਰੇਪ ਨਹੀਂ ਹੁੰਦੇ। ਧੀ ਨੂੰ ਕਿਸੇ ਭਰਾ ਨੂੰ ਟੈਰਾਰਿਸਟ ਕਿਹਾ ਹੁੰਦਾ ਬਾਹਰ ਬਹੁਤੇ ਜਣਿਆਂ 'ਚ, ਮੇਰਾ ਖਿਆਲ ਆ ਵੀ ਇੰਨਾ ਕੁ ਹਿੱਸਾ ਵੀ ਤੂੰ ਕੰਗਣਾ ਦਾ ਨਹੀਂ ਲੱਭਣਾ ਸੀ। ਭਾਈ ਜਿਹੜੀ ਆਪਣੇ ਪਿਓ ਨੂੰ ਕਹਿ ਸਕਦੀ ਹੈ ਥੱਪੜ ਮਾਰੂੰਗੀ, ਜਿਹਦੀ ਐਡੀ ਜ਼ੁਰਤ ਐਡੀ ਜ਼ੁਬਾਨ ਹੋ ਸਕਦੀ ਹੈ, ਉਹ ਤਾਂ ਭਾਈ ਕਿਸੇ ਨੂੰ ਕੁਛ ਵੀ ਕਹਿ ਸਕਦੀ ਹੈ। ਜਿਸ ਆਜ਼ਾਦੀ ਦੇ ਸਿਰ ਦੇ ਉੱਤੇ ਤੁਸੀਂ ਐਡੀਆਂ ਗੱਲਾਂ ਕਰ ਰਹੇ ਹੋ, ਉਹ ਕਿਹਨੇ ਦਵਾਈ? ਪੰਜਾਬ ਦੇ ਜਾਏ ਸੀ ਉਹਦੇ ਵਿੱਚ। ਇਫਤ ਦਾ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਪੰਜਾਬੀ ਬਹੁਤ ਮੁਹੱਬਤੀ ਨੇ, ਪੰਜਾਬੀ ਕਿਸੇ ਵਾਸਤੇ ਵੀ ਆਪਣੀਆਂ ਪਲਕਾਂ ਵਿਛਾ ਕੇ ਰੱਖਦੇ ਨੇ, ਪੰਜਾਬੀ ਕਿਸੇ ਵਾਸਤੇ ਵੀ ਲੜ ਕੇ ਮਰ ਸਕਦੇ ਨੇ। ਉਹ ਨਹੀਂ ਦੇਖਦੇ ਕਿ ਕੌਣ ਹੈ, ਮੈਂ ਕਿਹਦੇ ਵਾਸਤੇ ਲੜ ਰਿਹਾ। ਪੰਜਾਬੀਆਂ ਦੀ ਅਣਖ ਨੂੰ ਕੋਈ ਜਗਾਉਂਦਾ ਤਾਂ ਪੰਜਾਬੀਆਂ ਵਰਗਾ ਦਲੇਰ ਵੀ ਫਿਰ ਕੋਈ ਨਹੀਂ ਗਾ। ਤੋ ਬਾਰ ਬਾਰ ਟੈਰਾਰਿਸਟ ਨਾ ਕਹਿ, ਪੰਜਾਬ ਟੈਰਾਰਿਜ਼ਮ ਦਾ ਗੜ੍ਹ ਨਹੀਂ ਹੈ। ਉੱਥੇ ਇਹਨੂੰ ਐਂ ਸੀ ਵੀ ਕੰਗਣਾ ਕੰਗਣਾ ਹੋਊਗੀ, ਮੇਰਾ ਨਾਂ ਵੀ ਆਊਗਾ। ਉੱਥੇ ਅਮਿਤ ਸ਼ਾਹ ਦਾ, ਮੋਦੀ ਦਾ, ਇਹਨਾਂ ਦੀ ਚਰਚਾ ਹੋ ਰਹੀ ਹੈ, ਉਹਦੀ ਤਾਂ ਚਰਚਾ ਹੀ ਨਹੀਂ ਹੋ ਰਹੀ। ਬਈ ਕਿਉਂ ਨਹੀਂ ਹੋ ਰਹੀ ਉਹਦੀ ਚਰਚਾ? ਉਹ ਇੱਕ ਹੀਰੋਇਨ ਹੈ, ਹੱਦ ਹੋ ਗਈ ਯਾਰ। ਉਹ ਆਪਣੇ ਪਿਓ ਦੇ ਥੱਪੜ ਮਾਰ ਸਕਦੀ ਹੈ, ਤੁਸੀਂ ਕੌਣ ਹੁੰਦੇ ਉਹਦੀ ਚਰਚਾ ਨਹੀਂ ਕਰਦੇ? ਮੋਦੀ ਜੀ ਵੀ ਆਏ ਸੀ ਜਦੋਂ ਕਿਸਾਨਾਂ ਨੂੰ ਇੱਥੇ ਕਿਸਾਨਾਂ ਨੇ ਰੋਕ ਲਿਆ ਸੀ, ਤਾਂ ਉਹਨਾਂ ਨੇ ਜਾ ਕੇ ਬਿਆਨ ਦਿੱਤਾ ਸੀ, ਉਹਨਾਂ ਨੇ ਵੀ ਬਿਆਨ ਦਿੱਤਾ ਸੀ ਮੈਂ ਤਾਂ ਮਸਾਂ ਬਚ ਕੇ। ਪੰਜਾਬ ਦੇ ਬਚ ਕੇ ਜਾਣ ਨਹੀਂ ਦਿੰਦੇ, ਉਹ 'ਚ ਹੈਗਾ ਨਾ ਕਿ ਤੈਨੂੰ ਭੱਜਿਆ ਜਾਣ ਨਾ ਦੇਣਗੇ ਮੇਰੇ ਵੀਰ ਗਏ ਜੇ ਆ। ਜਿਹਨੂੰ ਲੋਕ ਚਾਹੁੰਦੇ ਆ ਸਿਰ ਤੇ ਚੁੱਕਦੇ ਨੇ, ਜਿਹਨੂੰ ਲੋਕ ਚਾਹੁੰਦੇ ਨੇ ਪਟਕਾ ਕੇ ਮਾਰਦੇ ਨੇ, ਜਗਲਾ ਨਹੀਂ ਕਰਦਾ। ਰਾਜ ਸੀ ਓਹਲੇ ਦੇ ਵਿੱਚ ਤੁਸੀਂ ਆਪਣੇ ਧਰਮ ਨੂੰ, ਆਪਣੀ ਕੌਮ ਨੂੰ, ਆਪਣੇ ਦੇਸ਼ ਦੀ ਮਿੱਟੀ ਨੂੰ ਇਹ ਸਾਰਾ ਕੁਛ ਸੁਣ ਸਕਦੇ ਹੋ? ਜੇ ਸੁਣ ਸਕਦੇ ਹੋ ਤਾਂ ਉਹਦੀ ਸ਼ਰਮ ਮੈਨੂੰ ਆਉਂਦੀ ਹੈ। ਬੀਬਾ ਕੰਗਣਾ ਰਣੌਤ ਦੀਆਂ ਜਿਹੜੀਆਂ ਗੱਲਾਂ ਮੈਂ ਬੀਬਾ ਤੇਰੀਆਂ ਪਿੱਛੇ ਸੁਣੀਆਂ ਨੇ, ਉਹਦੇ 'ਚੋਂ ਮੈਨੂੰ ਇਹ ਵੀ ਲੱਗਦਾ ਹੈ ਕਿ ਬਚਪਨ ਤੋਂ ਤੂੰ ਮੈਂਟਲੀ ਡਿਸਆਰਡਰ ਜੀ ਹੈ। ਇਹ ਕੋਈ ਬਿਮਾਰੀ ਨਹੀਂ ਹੈ, ਕੋਈ ਗਾਲ ਵੀ ਨਹੀਂ ਹੈ, ਹਰ ਬੰਦੇ ਨੂੰ ਸਾਈਕੈਟਿਸਟ ਦੀ ਲੋੜ ਪੈ ਸਕਦੀ ਹੈ, ਅਤੇ ਤੂੰ ਥੋੜ੍ਹਾ ਜਿਹਾ ਕਿਸੇ ਵਧੀਆ ਜਿਹੇ ਸਾਈਕੈਟਿਸਟ ਨੂੰ ਦਿਖਾ ਲੈ। ਕਹਿੰਦੇ ਹੁੰਦੇ ਨੇ ਦਾਤੀ ਦੇ ਦੰਦੇ ਹੁੰਦੇ ਨੇ ਇੱਕ ਪਾਸੇ, ਉਹ ਪੂਰਾ ਪੈਂਦੇ ਨੇ, ਜ਼ੁਬਾਨ ਦੇ ਦੰਦੇ ਹੁੰਦੇ ਦੋਨੋਂ ਪਾਸੇ, ਜ਼ੁਬਾਨ ਦਾ ਵੱਢਿਆ ਤਾਂ ਕਦੀ ਬਚਿਆ ਨਹੀਂ, ਤਲਵਾਰ ਦਾ ਵੱਢਿਆ ਫਿਰ ਵੀ ਉਹਦਾ ਬਚਾਅ ਹੋ ਜਾਂਦਾ। ਲੋਕਾਂ ਦੇ ਪੈਰਾਂ 'ਚ ਤਾਂ ਤੁਸੀਂ ਡਿੱਗ ਡਿੱਗ ਕੇ ਫਿਲਮਾਂ ਲੈਂਦੀ ਹੋ, ਫਿਲਮ ਨਹੀਂ ਚੱਲੀ ਤਾਂ ਤੁਸੀਂ ਕੁਛ ਹੋਰ ਕਰਦੇ ਹੋ। ਟਿਕਟ ਮਿਲ ਗਈ, ਪਤਾ ਨਹੀਂ ਕਿਸ ਗੱਲ ਨੂੰ ਟਿਕਟ ਮਿਲ ਗਈ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਉਂ ਟਿਕਟ ਦਿੱਤੀ ਗਈ। ਚਲੋ ਦੇਤੀ, ਹਿਮਾਚਲੀਆਂ ਨੇ ਜਿਤਾਈ ਵੀ ਕੋਈ ਨਹੀਂ, ਸਾਡਾ ਕੋਈ ਬੰਦਾ ਨਹੀਂ, ਸ਼ਾਇਦ ਇਹ ਕੁਛ ਕਰੂਗੀ, ਕੱਖ ਨਹੀਂ ਕਰਨਾ ਇਹਨੇ ਹਿਮਾਚਲ ਦਾ। ਆਡੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਮੰਡੀ ਹਿਮਾਚਲ ਪ੍ਰਦੇਸ਼ ਤੋਂ ਨਵੀਂ ਨਵੀਂ ਸਾਂਸਦ ਬਣੀ ਕੰਗਣਾ ਰਣੌਤ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ ਤੇ ਪਹੁੰਚਦੇ ਹੈ ਤਾਂ CIFS ਦੀ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਉਹਨਾਂ ਦੇ ਥੱਪੜ ਜੜਿਆ ਜਾਂਦਾ ਹੈ, ਜਿਸ ਦੀ ਗੂੰਜ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਗੂੰਜ ਜਾਂਦੀ ਹੈ। ਤੇ ਅੱਜ ਆਪਾਂ ਇਸੇ ਬਾਰੇ ਹੀ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ
ਸਾਹਿਤਕਾਰਾ ਮਨਜੀਤ ਇੰਦਰਾ ਹੋਰੀ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਮੈਮ ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਸਾਰੀ ਘਟਨਾਕ੍ਰਮ ਤਾਂ ਮਾੜਾ, ਇਸ ਤਰ੍ਹਾਂ ਦਾ ਗੱਲ ਨਹੀਂ ਹੋਣੀ ਚਾਹੀਦੀ। ਮੈਂ ਬਜਾਏ ਇਸ ਤੋਂ ਪਹਿਲਾਂ ਕਿ ਮੈਂ ਸਾਰੀ ਗੱਲ ਕਰਾਂ, ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤੇ ਵਰਦੀ ਘੱਟੋ ਘੱਟ ਯੂਨੀਫਾਰਮ 'ਚ ਔਰ ਆਪਣੀ ਡਿਊਟੀ 'ਤੇ ਹੁੰਦਿਆਂ, ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ। ਠੀਕ ਹੈ, ਬਾਹਰ ਵਾਪਰਦੀ ਹੈ ਉਹਦੇ ਮਾਹਨੇ ਕੁਛ ਹੋਰ ਹੁੰਦੇ ਨੇ, ਜਦੋਂ ਤੁਹਾਡੇ ਡਿਊਟੀ ਆਵਰਸ 'ਤੇ ਡਿਊਟੀ ਟਾਈਮ 'ਤੇ ਵਾਪਰਦੀ ਉਹਦੇ ਅਰਥ ਕੁਛ ਹੋਰ ਹੁੰਦੇ ਨੇ। ਪਰ ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਜਿਹੜਾ ਡਿਊਟੀ ਵਾਲਾ ਬੰਦਾ ਹੁੰਦਾ ਮਜਬੂਰ ਵੀ ਹੋ ਜਾਂਦਾ। ਕੰਗਨਾ ਰਾਉਤ ਸਾਡੇ ਲਈ ਲਾਈਮ ਲਾਈਟ 'ਚ ਉਦੋਂ ਆਈ ਸੀ ਜਦੋਂ ਕਿਸਾਨਾਂ ਦੇ ਧਰਨੇ ਦੀ ਗੱਲ ਹੋਈ। ਹੁਣ ਮੈਂ ਤੁਹਾਨੂੰ ਉਸ ਤੋਂ ਪਿੱਛੇ ਲੈ ਜਾਂਦੀ ਹਾਂ, ਇਹਦੇ ਬਚਪਨ 'ਚ, ਇਹਦੀ ਅਡੋਲੋਸੈਂਟ ਏਜ ਵਿੱਚ। ਇਹਦੀ ਆਪਣੀ ਟਵੀਟ ਹੈ ਕਿ ਇਹਦੇ ਪਿਤਾ ਨੇ ਕਿਸੇ ਗੱਲੋਂ ਇਹਨੂੰ ਘੂਰਿਆ ਅਤੇ ਥੱਪੜ ਮਾਰਿਆ, ਅਤੇ ਉਹ ਕਹਿੰਦੀ ਹੈ ਵੀ ਦੁਬਾਰਾ ਨਹੀਂ ਇਹੋ ਜਿਹੀ ਗੱਲ ਕਰਨੀ, ਮੈਂ ਵੀ ਥੱਪੜ ਮਾਰ ਸਕਦੀ ਹਾਂ। ਭਾਈ ਜਿਹੜੀ ਆਪਣੇ ਪਿਓ ਨੂੰ ਕਹਿ ਸਕਦੀ ਹੈ ਥੱਪੜ ਮਾਰੂੰਗੀ, ਜਿਹਦੀ ਐਡੀ ਜ਼ੁਰਤ ਐਡੀ ਜ਼ੁਬਾਨ ਹੋ ਸਕਦੀ ਹੈ, ਉਹ ਤਾਂ ਭਾਈ ਕਿਸੇ ਨੂੰ ਕੁਛ ਵੀ ਕਹਿ ਸਕਦੀ ਹੈ, ਕਿਉਂ ਘਬਰਾਉਂਦੇ ਹੋ? ਘਬਰਾਉਣ ਦੀ ਤਾਂ ਕੋਈ ਲੋੜ ਨਹੀਂ ਹੈ, ਉਹਦੀ ਜਿਹੜੀ ਜ਼ੁਬਾਨ ਹੈ ਜ਼ਿਆਦਾ ਉਹ ਤੇਜ਼ ਹੈ, ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਸਮਝਾਇਆ ਨਹੀਂ, ਉਹ ਪੜ੍ਹ ਵੀ ਨਹੀਂ ਪਾਈ ਜੀ। ਤੇ ਅਧਪੜ ਬੰਦਾ ਜਿਹੋ ਜਿਹੀਆਂ ਗੱਲਾਂ ਕਰੂਗਾ ਉਹੋ ਜਿਹੀ ਕਰੂਗੀ ਉਹ। ਉਹ ਫਿਲਮ ਇੰਡਸਟਰੀ 'ਚ ਗਈ, ਫਿਲਮ ਇੰਡਸਟਰੀ ਹਰ ਵੇਲੇ ਇਸਨੇ ਲਾਈਮ ਲਾਈਟ 'ਚ ਰਹਿਣ ਦੀ ਕੋਸ਼ਿਸ਼ ਕੀਤੀ, ਚੱਜ ਦੀਆਂ ਫਿਲਮਾਂ ਨਹੀਂ ਮਿਲੀਆਂ। ਰਿਤਿਕ ਰੋਸ਼ਨ ਨਾਲ ਤੁਸੀਂ ਦੇਖੋ ਕਿੰਨੀਆਂ ਵੀਡੀਓ ਵਾਇਰਲ ਨੇ, ਕਿੰਨਾ ਕੁਛ ਮਿਲਦਾ ਆ ਜੀ। ਇੱਕ ਬੰਦੇ ਨਾਲ ਤੁਸੀਂ ਰਹਿ ਰਹੇ ਹੋ, ਫਿਰ ਤੁਸੀਂ ਉਹਦੇ ਨਾਲ ਉਹਨੂੰ ਇਲਜ਼ਾਮ ਲਾਉਂਦੇ ਹੋ, ਟਵੀਟ ਕਰਦੇ ਹੋ, ਵੀਡੀਓ ਪਾਉਂਦੇ ਹੋ, ਜੀ ਮੇਰਾ ਰੇਪ ਕਰਦਾ ਰਿਹਾ। ਰੇਪ ਤਾਂ ਇੱਕ ਵਾਰ ਹੁੰਦਾ ਹੈ, ਵਾਰ ਵਾਰ ਰੇਪ ਨਹੀਂ ਹੁੰਦੇ। ਉੱਥੇ ਵੀ ਨਹੀਂ ਗੱਲ ਬਣੀ ਕੋਈ। ਫਿਰ ਇਸ ਨੇ ਜਦੋਂ ਕਿਸਾਨ ਵੇਲਾ ਆਇਆ ਤਾਂ ਉਦੋਂ ਇਹਨੇ ਕੀ ਕਿਹਾ ਕਿ ਇਹ ਸਾਰੀਆਂ ਜਨਾਨੀਆਂ 100-100 ਰੁਪਈਏ ਲੈ ਕੇ ਦਿਹਾੜੀ 'ਤੇ ਆਉਂਦੀਆਂ ਹੋਈਆਂ ਨੇ, ਅਤੇ ਸ਼ਰਮ ਵਾਲੀ ਗੱਲ ਹੈ। ਉਦੋਂ ਵੀ ਇਸ ਨੇ ਕਿਹਾ ਸੀਗਾ ਕਿ ਕਿਸਾਨ ਅੱਤਵਾਦੀ ਨੇ। ਪੰਜਾਬ ਕਦੀ ਵੀ ਅੱਤਵਾਦੀ ਨਹੀਂ ਰਿਹਾ, ਮੈਂ ਇਹ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ। ਪੰਜਾਬ ਸੂਰਵੀਰਾਂ ਦੀ ਧਰਤੀ ਹੈ। ਪੰਜਾਬ ਦੇ ਵਿੱਚ ਜਿੰਨੇ ਮੁਗਲ ਹੋਏ ਸਾਡੇ 'ਤੇ ਹਮਲੇ, ਉਹਨਾਂ ਦਾ ਮੂੰਹ ਤੋੜਵਾਂ ਜੇ ਜਵਾਬ ਦਿੱਤਾ ਪੰਜਾਬ ਨੇ ਹੀ ਦਿੱਤਾ। ਮੁਗਲਾਂ ਦੇ ਦੰਦ ਖੱਟੇ ਕਰਾਏ ਤੇ ਪੰਜਾਬ ਨੇ ਹੀ ਕਰਾਏ ਨੇ। ਜਿਹਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਇੱਕ ਬਾਦਸ਼ਾਹ ਦਿੱਤਾ, ਜਿਹੜਾ ਕਹਿੰਦਾ ਸੀ ਵੀ ਸਾਰੇ ਹੀ ਬਰਾਬਰ ਨੇ ਮੇਰੇ ਲਈ, ਠੀਕ ਹੈ। ਇਹ ਉਸ ਜਿਸਨੇ ਭਗਤ ਸਿੰਘ ਜਾਇਆ, ਜਿਸਨੇ ਸਰਬ ਕਰਤਾਰ ਸਿੰਘ ਸਰਾਭਾ, ਕਿੰਨੇ ਸ਼ਹੀਦ ਲਾਈਨ ਕਿੰਨੀ ਕੁ ਲੰਬੀ ਹੈ। ਕੀ ਉਹ ਅੱਤਵਾਦੀ ਸੀ ਜਿਨ੍ਹਾਂ ਨੇ ਤੁਹਾਡਾ ਦੇਸ਼ ਆਜ਼ਾਦ ਕਰਾਇਆ, ਜਿਸ ਆਜ਼ਾਦੀ ਨੂੰ ਅੱਜ ਮਾਣ ਰਹੇ ਹੋ ਤੁਸੀਂ, ਜਿਸ ਆਜ਼ਾਦੀ ਦੇ ਸਿਰ ਦੇ ਉੱਤੇ ਤੁਸੀਂ ਐਡੇ ਐਡੀਆਂ ਗੱਲਾਂ ਕਰ ਰਹੇ ਹੋ, ਉਹ ਕਿਹਨੇ ਦਵਾਈ? ਪੰਜਾਬ ਦੇ ਜਾਏ ਸੀ ਉਹਦੇ ਵਿੱਚ,
ਭਗਤ ਸਿੰਘ ਨਾ ਹੁੰਦਾ ਭਗਤ ਸਿੰਘ ਸ਼ਹੀਦ ਵਰਗਾ ਕਿਹਨੇ ਹੋ ਜਾਣਾ ਆ? ਲਾਲਾ ਲਾਜਪਤ ਰਾਏ ਕਿੱਥੋਂ ਆਇਆ? ਸੋ ਭਾਈ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਮੰਡੀ ਤੋਂ ਜਿੱਤ ਗਈ ਇਹ ਕੋਈ ਨਹੀਂ, ਉਨੀ ਕੁ ਖੁਸ਼ ਨਸੀਬ ਹੈ, ਜ਼ੁਬਾਨ ਦਰਾਜ਼। ਇਹ ਜਿਹੜਾ ਕੁਛ ਮੈਂ ਇੰਟਰਨੈਟ 'ਤੇ ਦੇਖ ਰਹੀ ਹਾਂ ਜਾਂ ਕੁਛ ਉੱਥੇ ਜਿਹੜੇ ਪੱਤਰਕਾਰ ਹਾਜ਼ਰ ਹੋਏ ਜਾਂ ਉੱਥੇ ਜਿਹੜੇ ਬੰਦੇ ਹਾਜ਼ਰ ਸੀ ਉਹਨਾਂ ਦੀ ਕੁਛ ਜ਼ੁਬਾਨੀ ਪਤਾ ਲੱਗਾ ਕਿ ਦੇਖੋ ਅਸੀਂ ਵੀ ਜਾਂਦੇ ਹਾਂ, ਤੁਸੀਂ ਲੋਕ ਵੀ ਜਾਂਦੇ ਹੋ ਵਿਦੇਸ਼ਾਂ ਵਿੱਚ, ਸਾਡੇ ਮੰਤਰੀ ਸੰਤਰੀ ਸਾਰੇ ਹੀ ਜਾਂਦੇ ਨੇ। ਇੱਕ ਉਹਨਾਂ ਦਾ ਪ੍ਰੋਟੋਕੋਲ ਹੈ ਕਿ ਤੁਸੀਂ ਭਾਈ ਜੇ ਤੁਸੀਂ ਮੰਤਰੀ, ਹਾਲ ਤਾਂ ਮੰਤਰੀ ਬਣੀ ਨਹੀਂ ਹੈ ਬੀਬਾ, ਤੂੰ ਹਲੇ ਤਾਂ ਜਿੱਤੀ ਹੈ ਨਾ, ਹਲੇ ਤਾਂ ਤੈਨੂੰ ਕੁਛ ਮਿਲਿਆ ਨਹੀਂ, ਕੋਈ ਅਹੁਦਾ ਨਹੀਂ ਮਿਲਿਆ, ਜੇ ਅਹੁਦਾ ਮਿਲ ਗਿਆ ਹੁੰਦਾ ਤਾਂ ਪਤਾ ਨਹੀਂ ਕੀ। ਮੈਂ ਕਹਿੰਦੀ ਹਾਂ ਵੀ ਉਹ ਸੋਚਦੀ ਵੀ ਮੈਂ ਤਾਂ ਹਿਮਾਲਾ ਪਰਬਤ ਵੀ ਚੱਕ ਲੂੰਗੀ। ਹਾਂ, ਉੱਥੇ ਜਿਹੜੇ ਬੰਦੇ ਹਾਜ਼ਰ ਸੀ ਉਹਨਾਂ ਨੇ ਕਿਹਾ ਵੀ ਉਹਨੇ ਕੁਲਵਿੰਦਰ ਕੌਰ ਦੀ ਡਿਊਟੀ ਉਸੇ ਸੀ ਜਿੱਥੇ ਔਰਤਾਂ ਦੀ ਸਪੈਸ਼ਲ, ਸਾਡੀ ਵੀ ਹੁੰਦੀ ਹੈ ਔਰਤਾਂ ਦੀ ਪਰਦੇ ਵਿੱਚ ਜਾ ਕੇ ਸਪੈਸ਼ਲ ਚੈਕਿੰਗ ਹੁੰਦੀ ਹੈ, ਉੱਥੇ ਉਹਦੀ ਡਿਊਟੀ ਲੱਗੀ ਹੋਈ ਸੀ ਜਿਹੜੀ ਵਿੱਚੋਂ ਕੱਢ ਕੇ ਲੈ ਕੇ ਜਾਂਦੇ ਨੇ ਸਕੈਨਰ ਦੇ ਵਿੱਚ। ਉਹਨੇ ਕਿਹਾ ਮੈਮ ਆਪਣਾ ਪਰਸ ਰੱਖ ਦਿਓ ਤੇ ਆਪਣਾ ਮੋਬਾਈਲ ਰੱਖ ਦਿਓ। ਇਹ ਕਹਿੰਦੀ ਮੈਂ MP ਹਾਂ। ਉਹਦੇ ਨਾਲ ਵਾਲਾ ਬੰਦਾ ਕਹਿੰਦਾ ਤੇਰੀ ਹਿੰਮਤ ਕਿਵੇਂ ਪੈ ਗਈ, MP ਹੈ। ਉਹ ਕਹਿੰਦੀ ਜੀ ਮੇਰੀ ਡਿਊਟੀ ਉਹ ਇਸੇ ਚੀਜ਼ ਤੇ ਲੱਗੀ ਹੋਈ ਹੈ ਵੀ ਮੈਂ ਇਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਸਾਰੀਆਂ ਹੀ ਸਭ ਦੀਆਂ ਹੁੰਦੀਆਂ ਨੇ। ਉੱਥੇ ਝਗੜਾ ਹੋਇਆ ਵੀ ਸ਼ਾਇਦ ਇਹ ਵੀ ਕਿਹਾ ਹੋਵੇ ਵੀ ਸਭ ਦੀਆਂ ਹੁੰਦੀਆਂ ਤਾਂ ਮੇਰੀ ਕਿਉਂ ਹੋਵੇ, ਮੈਂ ਤਾਂ MP ਹਾਂ। ਸੋ ਉੱਥੇ ਉਹਨੂੰ ਪੁੱਛਿਆ ਗਿਆ ਉਹਦੇ ਦੂਜੇ ਬੰਦੇ ਨੇ ਵੀ ਤੇਰਾ ਨਾਂ ਕੀ ਹੈ, ਉਹਨੇ ਕਿਹਾ ਕੁਲਵਿੰਦਰ ਕੌਰ। ਤੇ ਉੱਥੇ ਉਸ ਕੰਗਨਾ ਰਣੌਤ ਨੇ ਮੈਨੂੰ ਬੜਾ, ਮੈਂ ਸਰਦਾਰਾਂ ਦੀ ਧੀ ਹਾਂ, ਪੰਜਾਬ ਦੀ ਜਾਈ ਹਾਂ, ਮੈਂ ਆਪਣੇ ਪੰਜਾਬ ਨੂੰ ਮੁਹੱਬਤ ਕਰਦੀ ਹਾਂ, ਇਸ ਮਿੱਟੀ ਲਈ ਮੈਂ ਲਿਖਦੀ ਹਾਂ। ਔਰ ਉੱਥੇ ਉਹ ਕਹਿੰਦੀ ਹੈ ਕੌਰ ਸਿੱਖ ਟੈਰਰਿਸਟ, ਇਹਦਾ ਮਤਲਬ ਹੈ ਜਿਹੜਾ ਕੌਰ ਹੈ ਜਾਂ ਜਿਹੜਾ ਸਿੱਖ ਹੈ ਉਹ ਟੈਰਰਿਸਟ ਹੈ। ਉਸ ਨੂੰ ਕਿਸੇ ਨੇ ਕਿਉਂ ਨਹੀਂ ਪੁੱਛਿਆ? ਹਾਂ ਫਿਰ ਹੋ ਸਕਦਾ, ਹੋ ਸਕਦਾ ਮੈਂ, ਕਿਉਂਕਿ ਹਲੇ ਤਾਂ ਜਿਨ੍ਹਾਂ ਨੇ ਉਹ ਛਾਨਣੇ ਆ ਸਾਰੇ ਹੰਘਾਲਣੇ ਆ, ਰਾਤ ਰਾਤ ਖਬਰ ਆ ਰਹੀ ਸੀ ਵੀ ਹੰਘਾਲ ਰਹੇ ਹੈ ਕੈਮਰੇ ਉੱਥੇ ਲੱਗੇ ਹੋਏ, ਕੈਮਰਾ ਨਹੀਂ ਬੋਲ ਰਿਹਾ। ਜੇ ਕੈਮਰਾ ਬੋਲਦਾ ਤਾਂ ਮੈਂ ਸਮਝਦੀ ਹਾਂ ਕਿ ਉਹਨੂੰ ਮਜਬੂਰ ਕੀਤਾ ਗਿਆ ਕਿ ਉਹਨੂੰ ਥੋੜ੍ਹਾ ਜਿਹਾ ਸੇਕ ਲਾ ਦੇਵੇ, ਚਪੇੜੀ ਸੀ ਬਾਕੀ ਕੁਛ ਨਹੀਂ ਸੀ। ਜੇ ਟੈਰਾਰਿਸਟ ਸਿੱਖ ਕਿਸੇ ਨੂੰ, ਧੀ ਨੂੰ ਕਿਸੇ ਭਰਾ ਨੂੰ ਟੈਰਾਰਿਸਟ ਕਿਹਾ ਹੁੰਦਾ ਬਾਹਰ ਬਹੁਤੇ ਜਣਿਆਂ 'ਚ, ਮੇਰਾ ਖਿਆਲ ਹੈ ਵੀ ਇੰਨਾ ਕੁ ਹਿੱਸਾ ਵੀ ਤਾਂ ਕੰਗਣਾ ਦਾ ਨਹੀਂ ਲੱਭਣਾ ਸੀ। ਸਿੱਖ ਟੈਰਾਰਿਸਟ ਨਹੀਂ ਹੈ, ਇਹ ਕੰਨ ਖੋਲ੍ਹ ਕੇ ਸੁਣ ਲਓ ਜਿਹੜੇ ਵੀ ਕੋਈ ਹੈਗੇ ਹੈ। ਮੈਂ ਇੱਕ ਹੋਰ ਉਦਾਹਰਣ ਦੇਣ ਲੱਗੀ ਹਾਂ ਤੋਂ ਹਟ ਕੇ, ਜਦੋਂ ਗੁਰੂ ਤੇਗ ਬਹਾਦਰ ਨੂੰ ਪੰਡਤਾਂ ਨੇ ਕਿਹਾ ਕਿ ਸਾਡਾ ਧਰਮ ਖਤਰੇ 'ਚ ਹੈ,
ਸਾਡੇ ਧਰਮ ਨੂੰ ਬਚਾਓ। ਉਹ ਕਹਿੰਦੇ ਮੈਂ ਕਿੱਦਾਂ ਬਚਾ ਸਕਦਾ? ਕਹਿੰਦੇ ਜੀ ਤੁਸੀਂ ਧਰਮ ਕਬੂਲ ਕਰ ਲਓਗੇ ਤਾਂ ਅਸੀਂ ਵੀ ਕਰ ਲਾਂਗੇ। ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦੇ ਪਿਤਾ, ਸਾਡੇ ਚਾਰ ਸ਼ਹੀਦ ਸਾਹਿਬਜ਼ਾਦਿਆਂ ਦਾ ਦਾਦਾ, ਉੱਥੇ ਉਹ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਵੀ ਉਹ ਕਹਿੰਦੇ ਸਭ ਤੋਂ ਵੱਡੇ ਗੁਰੂ ਗੋਬਿੰਦ ਸਿੰਘ ਖੇਡਦੇ ਆਏ ਆ, 9 ਸਾਲ ਦਾ ਗੁਰੂ ਗੋਬਿੰਦ ਸਿੰਘ ਸੀ, ਖੇਡ ਦਾ ਬਾਲ ਗੋਬਿੰਦ ਆਇਆ, ਪਿਤਾ ਜੀ ਕੀ ਗੱਲ ਹੋ ਗਈ? ਉਹ ਕਹਿੰਦੇ ਵੀ ਇੱਦਾਂ ਕਰਕੇ ਪੰਡਿਤ ਆਏ ਸੀ, ਉਹ ਕਹਿੰਦੇ ਨੇ ਵੀ ਤੁਸੀਂ ਧਰਮ ਕਬੂਲ ਕਰੋ ਜਾਂ ਤੁਸੀਂ ਸ਼ਹੀਦੀ ਦਿਓ। ਉਹ ਕਹਿੰਦੇ ਵੀ ਮੈਨੂੰ ਸਮਝ ਕਿ ਵੱਡਾ ਬੰਦਾ ਕਿਹੜਾ ਹੋਊਗਾ। ਉਹ ਕਹਿੰਦਾ ਪੁੱਤਰ ਪਿਓ ਨੂੰ ਕਹਿੰਦਾ ਗੋਬਿੰਦ, ਬਾਲ ਗੋਬਿੰਦ ਆਪਣੇ ਪਿਤਾ ਸ਼੍ਰੀ ਤੇਗ ਬਹਾਦਰ ਨੂੰ ਕਹਿੰਦਾ ਕਿ ਤੇ ਤੋਂ ਵੱਡਾ ਪਿਤਾ ਕੌਣ ਹੋਊਗਾ। ਔਰ ਇਹ ਇਤਿਹਾਸ ਗਵਾਹ ਹੈ ਕਿ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਧਰਮ ਦੀ ਰੱਖਿਆ ਲਈ ਸਿੱਖਾਂ ਦੇ ਨੌਵੇਂ ਗੁਰੂ ਨੇ ਆਪਣੀ ਸ਼ਹਾਦਤ ਦਿੱਤੀ, ਸਿਰ ਕਲਮ ਕਰਾਇਆ। ਏਦੋਂ ਵੱਧ ਹੋਰ ਕੀ ਹੋ ਸਕਦਾ ਹੈ ਜੀ? ਇਹ ਇਤਿਹਾਸ ਨੂੰ ਜਿਉਂ ਜਿਉਂ ਅਸੀਂ ਖੰਗਾਲਾਂਗੇ, ਪੰਜਾਬ ਬਹੁਤ ਅਮੀਰ ਇਤਿਹਾਸ ਪਿਛੋਕੜ ਦਾ ਵਾਰਿਸ ਹੈ, ਵਾਲੀ ਹੈ। ਤੁਸੀਂ ਉਸ ਦੀ ਧੀ ਨੂੰ, ਉਸ ਦੇ ਪੁੱਤ ਨੂੰ, ਉਸ ਦੇ ਬਜ਼ੁਰਗਾਂ ਨੂੰ ਇਹ ਕਹੋ ਕਿ ਇਹ ਟੈਰਰਿਸਟ ਨੇ, ਤੁਸੀਂ ਤਾਂ ਅੱਜ ਹੋਣਾ ਨਹੀਂ ਸੀ। ਜੇ ਦੇਸ਼ ਦੀਆਂ ਸਰਹੱਦਾਂ ਨੂੰ ਪੰਜਾਬ ਨੇ ਨਾ ਬਚਾਇਆ ਹੁੰਦਾ, ਤੁਸੀਂ ਰਾਜ ਭਾਗ ਕਿੱਥੋਂ ਲੈ ਕੇ ਬੈਠੇ ਹੁੰਦੇ? ਸੋ ਗੱਲ ਇੰਨੀ ਕੁ ਹੈ, ਜਿੱਥੇ ਮੈਂ ਇਹ ਕਹਿੰਦੀ ਹਾਂ ਵੀ ਕੁਲਵਿੰਦਰ ਕੌਰ ਨੂੰ ਯੂਨੀਫਾਰਮ ਦੇ ਵਿੱਚ ਡਿਊਟੀ ਦੇ ਉੱਤੇ ਇਹ ਇਸ ਤਰ੍ਹਾਂ ਥੱਪੜ ਜੇ ਮਾਰਿਆ, ਹਾਲੇ ਕਿ ਸਾਹਮਣੇ ਨਹੀਂ ਆਇਆ, ਤਾਂ ਨਹੀਂ ਚਾਹੀਦਾ ਸੀ। ਪਰ ਕੰਗਨਾ ਰਣੌਤ ਉੱਪਰ ਕੇਸ ਦਰਜ ਹੋਣਾ ਚਾਹੀਦਾ ਸੀ ਕਿ ਉਸ ਨੇ ਇਹ ਕਿਹਾ ਕਿ ਤੂੰ ਸਿੱਖ ਕੌਰ ਸਿੱਖ ਟੈਰਰਿਸਟ। ਉਦੋਂ ਪਹਿਲਾਂ ਵੀ ਕਿਸਾਨ ਮੋਰਚੇ 'ਚ ਜਿਹੜਾ ਕਿਹਾ ਉਹਦੇ ਵਿੱਚ ਉਹ ਕੁਲਵਿੰਦਰ ਕੌਰ ਦਾ ਭੜਕਣਾ ਕਿ ਉਹਦੀ ਮਾਂ 100 ਰੁਪਈਆ ਲੈ ਕੇ ਬੈਠੀ ਸੀ, ਫਿਰ ਉਹਨੇ ਮਹਿੰਦਰ ਕੌਰ ਦੀ ਫੋਟੋ ਲਾ ਕੇ ਟਵੀਟ ਕੀਤਾ ਸੀ ਵੀ ਇਹ ਤਾਂ 100-100 ਰੁਪਈਏ 'ਚ ਵਿਕਦੀਆਂ ਜਨਾਨੀਆਂ। ਉਹ ਭਾਈ ਮੈਨੂੰ ਉਹ ਲਫ਼ਜ਼, ਕਿਉਂਕਿ ਮੈਂ ਵੀ ਔਰਤਾਂ ਵਾਲੇ ਲਫ਼ਜ਼ ਮੈਨੂੰ ਵਰਤਣੇ ਨਹੀਂ ਚਾਹੀਦੇ। ਤੁਸੀਂ ਇੰਟਰਨੈਟ ਖੋਲ੍ਹ ਕੇ ਦੇਖੋ ਤਾਂ ਜਿੱਥੇ ਕੀ ਕਿਹਾ ਆ ਕਿ ਭਾਈ ਤੁਸੀਂ ਲੋਕਾਂ ਦੇ ਪੈਰਾਂ 'ਚ ਤਾਂ ਤੁਸੀਂ ਡਿੱਗ ਡਿੱਗ ਕੇ ਫਿਲਮਾਂ ਲੈਂਦੀ ਹੋ, ਫਿਲਮ ਨਹੀਂ ਚੱਲੀ ਤਾਂ ਤੁਸੀਂ ਕੁਛ ਹੋਰ ਕਰਦੇ ਹੋ। ਟਿਕਟ ਮਿਲ ਗਈ, ਪਤਾ ਨਹੀਂ ਕਿਸ ਗੱਲ ਨੂੰ ਟਿਕਟ ਮਿਲ ਗਈ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਉਂ ਟਿਕਟ ਦਿੱਤੀ ਗਈ। ਚਲੋ ਦੇਤੀ, ਹਿਮਾਚਲੀਆਂ ਨੇ ਜਿਤਾਈ ਵੀ ਕੋਈ ਨਹੀਂ, ਸਾਡਾ ਕੋਈ ਬੰਦਾ ਨਹੀਂ, ਸ਼ਾਇਦ ਇਹ ਕੁਛ ਕਰੂਗੀ, ਕੱਖ ਨਹੀਂ ਕਰਨਾ ਇਹਨੇ ਹਿਮਾਚਲ ਦਾ, ਕਿਉਂਕਿ ਇਹ ਆਪਣੇ ਸੈਲਫ ਤੋਂ ਅੱਗੇ ਜਾਂਦੀ ਹੋਈ ਨਹੀਂ ਜੀ। ਠੀਕ ਹੈ, ਤੋ ਬਿਲਕੁਲ ਇਸ ਬਾਨੋ ਦੀ ਜਿਹੜੀ ਕਿ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਸਾਰੇ, ਤੁਹਾਨੂੰ ਇਹ ਮੈਨੂੰ ਲੰਬਾ ਚੌੜਾ ਦੱਸਣ ਦੀ ਲੋੜ ਨਹੀਂ ਹੈ, ਵੱਡੀ ਹਸਤੀ ਬਣ ਕੇ ਨੇਤਾ ਦੀ ਇੱਕ ਜਿਹੜੀ ਹੈ ਰਾਹ ਦਸੇਰੇ ਦੀ ਵੱਡੀ ਹਸਤੀ ਬਣ ਕੇ ਬਿਲਕਿਸ ਬਾਨੋ ਖੜੀ ਹੋਈ।
ਉੱਥੇ ਨੇ ਮਹਿੰਦਰ ਕੌਰ, ਬੀਬੀ ਮਹਿੰਦਰ ਕੌਰ ਦੀ ਬਜ਼ੁਰਗ ਲੇਡੀ ਬਠਿੰਡੇ ਦੀ ਹੈ ਜੀ, ਉਹਦੀ ਫੋਟੋ ਲਾ ਕੇ ਤੇ ਉੱਤੇ ਲਿਖਿਆ, ਟਵੀਟ ਕੀਤਾ ਕਿ ਇਹ ਦੋ ਦੋ ਸੌ ਸੌ ਰੁਪਈਏ ਵਿੱਚ ਦਿਹਾੜੀ ਤੇ ਲਿਆਂਦੀਆਂ ਹੋਈਆਂ ਤੀਵੀਆਂ ਨੇ। ਇਹਦੀ ਫੋਟੋ ਜੀ ਉੱਥੇ ਵੀ ਛਪੀ ਸੀ। ਇਹਨੂੰ ਇੰਨੀ ਤਮੀਜ਼ ਨਹੀਂ ਹੈ ਕਿ ਮਹਿੰਦਰ ਕੌਰ ਦੀ ਫੋਟੋ ਨਹੀਂ ਛਪੀ ਸੀ ਬੀਬਾ, ਫੋਟੋ ਤਾਂ ਬਿਲਕਿਸ ਬਾਨੋ ਦੀ ਛਪੀ ਸੀ ਜੀ। ਸੋ ਜਿਹਨੂੰ ਇੰਨੀ ਪੜ੍ਹਦੀ ਲਿਖਦੀ ਹੈ ਨਹੀਂ, ਜਿਹਨੂੰ ਨੌਲੇਜ ਨਹੀਂ ਹੈ, ਜਿਹਨੂੰ ਨਾ ਇਤਿਹਾਸ ਬਾਰੇ ਪਤਾ ਹੈ, ਨਾ ਹਿੰਦੁਸਤਾਨ ਦੇ ਭੂਗੋਲ ਵਾਲੇ ਪਤਾ ਹੈ ਜੀ, ਉਹ ਤੋਂ ਤੁਸੀਂ ਕੀ ਆਸ ਕਰਦੇ ਹੋ ਯਾਰ? ਛੱਡੋ ਪਰੇ, ਪਰ ਛੱਡੋ ਪਰੇ ਇਸ ਕਰਕੇ ਨਹੀਂ ਹੁੰਦੀ ਕਿ ਇਹ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣਾ। ਜਦੋਂ ਕੋਈ ਕਿਸੇ ਦੀ ਇੱਜ਼ਤ ਨੂੰ ਹੱਥ ਪੈਂਦੀ ਹੈ, ਪਾਉਂਦਾ ਆ, ਤੇ ਫਿਰ ਉਹਦਾ ਕੋਈ ਬਾਲੀ ਵਾਰਸ ਨਹੀਂ ਹੁੰਦਾ ਜੀ। ਮੈਮ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਦਾ ਹੈਗਾ ਆ, ਉਦੋਂ ਕੀ ਹੁੰਦਾ ਕਿ ਇੱਕ ਤਬਕਾ ਤਾਂ ਜਿਹੜਾ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜਾ ਹੋ ਜਾਂਦਾ ਆ ਕਿ ਪੰਜਾਬ ਦੀ ਸ਼ੇਰਨੀ ਹੈਗੀ ਆ, ਇਹਨੇ ਬਹੁਤ ਵਧੀਆ ਚੀਜ਼ ਕੀਤੀ ਹੈ। ਦੂਜੇ ਪਾਸੇ ਇੱਕ ਤਬਕਾ ਇਹ ਖੜਾ ਹੋ ਜਾਂਦਾ ਕਿ ਇਹਨੂੰ ਯੂਨੀਫਾਰਮ ਦੇ ਵਿੱਚ ਇਹ ਚੀਜ਼ ਨਹੀਂ ਸੀ ਕਰਨੀ ਚਾਹੀਦੀ, ਇਹਨੇ ਚੀਜ਼ ਜਿਹੜੀ ਹੈ ਗਲਤ ਕੀਤੀ ਹੈਗੀ ਹੈ। ਤੇ ਫਿਰ ਉਸ ਤੋਂ ਬਾਅਦ ਕੰਗਨਾ ਰਣੌਤ ਵੀ ਨਾਲ ਹੀ ਆਪਣਾ ਬਿਆਨ ਦੇ ਦਿੰਦੀ ਹੈ, ਉਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਨਾ ਆਤੰਕਵਾਦ ਤੇ ਉਗਰਵਾਦ ਜਿਹੜਾ ਆ ਫੈਲ ਰਿਹਾ ਆ, ਇਹਨੂੰ ਠੱਲਣਾ ਪਊਗਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਗੱਲ ਤੁਹਾਨੂੰ ਪਹਿਲਾਂ ਵੀ ਆਪਾਂ ਕਹੀ ਹੈ ਕਿ ਇਹਦੀ ਜ਼ੁਬਾਨ ਉਦੋਂ ਵੀ ਇੰਨੀ ਹੀ ਗੰਦੀ ਸੀ ਜਦੋਂ ਕਿਸਾਨ ਧਰਨੇ ਦੀ ਗੱਲ ਹੋਈ ਹੈ। ਉਹ ਫਿਰ ਲੈ ਕੇ ਹਟੇ ਕਿ ਨਹੀਂ ਹਟੇ ਸਰਕਾਰ ਤੋਂ? ਤਿੰਨੋ ਬਿੱਲ ਕਰਵਾਏ ਕਿ ਨਹੀਂ ਕਰਵਾਏ ਮਾਫ ਜੀ? ਇਹ ਤਾਂ ਹੁਣ ਉਸ ਵੇਲੇ ਦੇ ਪ੍ਰਧਾਨ ਮੰਤਰੀ ਦਾ ਜ਼ੁਬਾਨ ਹੈ ਕਿ ਜਿਹੜਾ ਬਾਕੀ ਨਹੀਂ ਕੀਤਾ ਨਹੀਂ ਕੀਤਾ, ਕੋਈ ਨੀ, ਉਹ ਕਰਵਾ ਲੈਣਗੇ, ਉਹਨਾਂ ਚ ਦਮ ਹੈਗਾ। ਸੋ ਉਹਨਾਂ ਨੂੰ ਟੈਰਰਿਸਟ ਕਹਿਣਾ, ਇਹ ਮੈਂ ਪਹਿਲਾਂ ਵੀ ਕਿਹਾ ਵੀ ਵਰਦੀ ਦੇ ਵਿੱਚ ਡਿਊਟੀ ਤੇ ਰਹਿੰਦਿਆਂ ਇਹ ਜੇ ਲਫ਼ਜ਼ ਥੱਪੜ ਨਹੀਂ ਹੋਣਾ ਚਾਹੀਦਾ। ਪਰ ਮੈਂ ਉਦੋਂ ਤੁਹਾਨੂੰ ਹੁਣ ਵੀ ਕਹਿ ਕੇ ਹਟੀ ਹਾਂ ਕਿ ਅਨਅਵੋਇਡੇਬਲ ਸਰਕਮਸਟਾਂਸਿਸ ਹੁੰਦੇ ਨੇ ਜਦੋਂ ਤੁਹਾਨੂੰ ਲੱਗਦਾ ਕਿ ਇਹ ਤੁਹਾਡੇ ਉੱਤੇ ਕਿਸੇ ਕਿਸਮ ਦਾ ਵੀ ਹਮਲਾ ਹੋ ਸਕਦਾ, ਉਹ ਤੁਹਾਡੇ ਧਰਮ ਦੇ ਵੀ ਉੱਤੇ ਹਮਲਾ ਹੋ ਸਕਦਾ ਜਿਹੜਾ ਕਿ ਹੋਇਆ ਕੰਗਨਾ ਵੱਲੋਂ ਜੀ, ਕੌਰ ਸਿੱਖ ਜੀ ਬਿਲਕੁਲ, ਤੇ ਸਿੱਖ ਕੌਣ? ਕੌਰ ਸਿੱਖ ਟੈਰਰਿਸਟ ਜੀ। ਦੂਜੇ ਪਾਸੇ ਇਹ ਨਵੀਂ ਕਹਾਣੀ ਤਾਂ ਹੈ ਨਹੀਂ, ਕੰਗਨਾ ਦੇ ਮੂੰਹ ਦੇ ਵਿੱਚ ਸ਼ਬਦ ਪਏ ਹੋਏ ਆ, ਇਹਨੂੰ ਪਤਾ ਨਹੀਂ ਵੀ ਇਹਨਾਂ ਦੇ ਅਰਥ ਕੀ ਨੇ। ਜਿਹਨੂੰ ਬੋਲਣ ਦੀ ਤਮੀਜ਼ ਨਹੀਂ ਬੇਟਾ, ਉਹਨਾਂ ਬਾਰੇ ਕੀ ਪੁੱਛਦੇ ਜੀ? ਮੈਮ ਹੁਣੇ ਹੁਣੇ ਇੱਕ ਜਿਹੜੀ ਖਬਰ ਆਉਂਦੀ ਹੈਗੀ ਹੈ ਕਿ CIF ਜੀ ਦੇ ਜਿਹੜੇ DIG ਹੈਗੇ ਉਹ ਕਹਿੰਦੇ ਹੈਗੇ ਕਿ ਕੁਲਵਿੰਦਰ ਕੌਰ ਕਹਿ ਰਹੀ ਹੈ ਮੈਂ ਭਾਵੁਕ ਹੋ ਕੇ ਸਾਰਾ ਕੁਝ ਕਰ ਰਿਹਾ, ਮੈਨੂੰ ਇਸ ਗੱਲ ਦਾ ਪਛਤਾਵਾ ਹੈਗਾ ਆ, ਕੀ ਕਹਿਣਾ ਚਾਹੋਗੇ? ਕੀ ਇਹ ਗੱਲ ਕੁਲਵਿੰਦਰ ਕੌਰ ਨੇ ਕਹੀ ਹੈ, DIG ਨੇ ਕਹੀ ਹੈ? ਹੋ ਸਕਦਾ ਉਸ ਨੂੰ ਡਰਾਬਾ ਦਿੱਤਾ ਜਾ ਗਿਆ ਹੋਊਗਾ, ਮਾਰਨ ਦੀ ਧਮਕੀ ਵੀ ਹੋ ਸਕਦੀ ਹੈ, ਉਹਦੇ ਘਰ ਵਾਲੇ ਦੀ ਨੌਕਰੀ ਦੀ ਵੀ ਹੋ ਸਕਦੀ ਹੈ, ਕੁਲਵਿੰਦਰ ਕੌਰ ਨੇ ਤਾਂ ਹਾਲੇ ਨਹੀਂ ਕਿਹਾ। ਸੋ ਮੈਂ ਇਸ ਗੱਲ ਤੇ ਜਦੋਂ ਕੁਲਵਿੰਦਰ ਕੌਰ ਆ ਕੇ ਕਹਿ ਦੂਗੀ ਸਾਹਮਣੇ, ਉਹ ਇਹ ਜੇ ਕੋਈ ਬਿਆਨ ਦਿੱਤਾ ਹੈ, ਜੇ ਬਿਆਨ ਆਇਆ ਹੈ, ਤਾਂ ਮੈਨੂੰ ਬਿਲਕੁਲ ਲੱਗਦਾ ਵੀ ਕਿਸੇ ਦਬਾਅ ਹੇਠ ਹੈ ਜੀ, ਜਾਂ ਉਹਨਾਂ ਨੇ ਆਪਣੀਆਂ ਵਰਦੀਆਂ ਬਚਾਉਣ ਲਈ, ਨੌਕਰੀਆਂ ਬਚਾਉਣ ਲਈ, ਅਫਸਰਾਂ ਨੇ ਵੀ ਕਿਹਾ ਹੋਊਗਾ ਕਿਉਂਕਿ ਉਹ MP ਹੈ ਤੇ ਉਹ
ਮੰਨਿਆ ਜਾਂਦਾ ਕਿ ਪ੍ਰਧਾਨ ਮੰਤਰੀ ਜਿਹੜੇ ਹੋਣ ਵਾਲੇ ਪ੍ਰਧਾਨ ਮੰਤਰੀ ਨੇ ਤੇ ਸਾਡੇ ਹੈਗੇ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਜੀ ਦੇ ਨੇੜੇ ਹੈ, ਹੋ ਸਕਦਾ ਹੈ ਜੀ, ਹੋ ਸਕਦਾ ਉਹਨਾਂ ਨੇ ਵੀ ਹੱਥ ਪੈਰ ਜੋੜੇ ਹੋਣ ਉਹਦੇ ਅੱਗੇ, ਬਹੁਤ ਕੁਛ ਹੋ ਸਕਦਾ। ਪਰ ਇਹ ਜਦੋਂ ਇੰਡੀਪੈਂਡੈਂਟਲੀ ਬਾਹਰ ਆ ਕੇ ਤੁਹਾਨੂੰ ਜਵਾਬ ਦੇਵੇਗੀ, ਮਾਫੀ ਪਬਲਿਕਲੀ ਮੰਗੇ, ਤਾਂ ਮੈਂ ਇਸ ਗੱਲ ਨੂੰ ਸਮਝ ਆਉਂ ਜੀ। ਮੈਮ ਇਸ ਥੱਪੜ ਦੀ ਜੇਕਰ ਆਪਾਂ ਗੂੰਜ ਦੀ ਗੱਲ ਕਰੀਏ, ਹੈ ਨਾ, ਸਾਰੇ ਵੱਖੋ ਵੱਖਰੇ ਆਪਣੇ ਜਿਹੜੇ ਆ ਰਿਸਪੋਂਸ ਦੇ ਰਹੇ ਹੈਗੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਆ, ਹੁਣ ਇਸ ਥੱਪੜ ਦੀ ਗੂੰਜ ਕਿੱਥੋਂ ਤੱਕ ਜਾ ਸਕਦੀ ਹੈ, ਤੁਹਾਨੂੰ ਕੀ ਲੱਗਦਾ? ਦੇਖੋ, ਜੇ ਇਸ ਗੱਲ ਨੂੰ ਇੱਥੇ ਠੱਲਿਆ ਨਾ ਗਿਆ ਤਾਂ ਇਹਦੇ ਨਤੀਜੇ ਭੁਗਤਣੇ ਪੈਣਗੇ, ਇਹਦੇ ਨਤੀਜੇ ਚੰਗੇ ਤਾਂ ਨਹੀਂ ਹੋਣੇ, ਇਹਦੇ ਨਤੀਜੇ ਮਾੜੇ ਹੋ ਸਕਦੇ ਨੇ। ਕਿਸਾਨ ਜਥੇਬੰਦੀਆਂ ਸਾਰੀਆਂ ਨਾਲ ਨੇ, ਇੱਕ ਹਿੰਦੂ ਬੰਦਾ ਡੇਰਾ ਬੱਸੀ ਦਾ ਜਿਹਨੇ ਇੱਕਦਮ ਕਿਹਾ ਸੀ ਕਿ ਮੈਂ ਉਸ ਕੁੜੀ ਦੀ ਬਹਾਦਰੀ ਤੇ 1,00,000 ਰੁਪਈਆ ਦਿੰਦਾ, 5,00,000 ਰੁਪਈਆ ਇੱਕ ਕਿਸਾਨ ਜਥੇਬੰਦੀ ਨੇ ਹੋਰ ਕਿਹਾ, ਬੀਬੀ ਨਾਲ ਆ ਤੇਰੇ ਅਸੀਂ। ਜਿਹੜੇ ਟਕੈਤ ਹੈ ਹਰਿਆਣੇ ਵਾਲਿਆਂ ਦਾ ਕਿਸਾਨ ਨੇਤਾ, ਉਹਦਾ ਬਿਆਨ ਆਇਆ ਕਿ ਮੈਂ ਭਾਈ ਇਸ ਲੜਕੀ ਕੇ ਸਾਥ ਹੂੰ ਜੀ। ਕਿਉਂ ਆ ਕਹਾ ਕੰਗਣਾ ਨੇ ਕਿ ਇਹ ਟੈਰਰਿਸਟ ਹੈ, ਕਿਸਾਨ ਟੈਰਰਿਸਟ ਨਹੀਂ ਹੈ ਜੀ। ਸੋ ਇਫਤ ਦਾ ਇਸ਼ਕ ਹੈ, ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ ਜੀ। ਤੋ ਮੈਨੂੰ, ਮੈਂ ਚੰਗੀ ਹੀ ਆਸ ਕਰਦੀ ਹਾਂ ਉਸ ਔਰਤ ਪਹਿਲਾਂ। ਅੱਛਾ, ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਇਹ ਕੰਗਣਾ ਜੀ ਮਾਫੀ ਵੀ ਮੰਗ ਲੈਂਦੇ ਨੇ, ਇਹਦੀ ਗੱਡੀ ਲੰਘਣੀ ਸੀਗੀ, ਇਹਨੇ ਜਾਣਾ ਸੀ ਜੀ ਜੀ, ਹੈ ਨਾ, ਤੇ ਕਿਸਾਨਾਂ ਨੇ, ਕਿਸਾਨ ਔਰਤਾਂ ਨੇ ਇਹਨੂੰ ਘੇਰ ਲਿਆ ਸੀ ਔਰ ਉੱਥੋਂ ਇਸ ਨੇ ਮੁਆਫੀ ਮੰਗੀ ਸੀ ਹੱਥ ਜੋੜ ਕੇ ਜੀ, ਵੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰਿਓ। ਪਰ ਉਹ ਕਿਸਾਨਾਂ ਨੇ ਫਿਰ ਰਸਤਾ ਬਣਾ ਕੇ ਆਪ ਇਹਦੀ ਗੱਡੀ ਬਾਹਰ ਕਢਵਾਈ ਸੀ ਵੀ ਤੁਸੀਂ ਜਾਓ ਬੀਬੀ ਜੀ, ਧੀ ਹੈ ਸਾਡੀ, ਕੋਈ ਗੱਲ ਨਹੀਂ, ਜਾ। ਜਦੋਂ ਇਹ ਦਿੱਲੀ ਪਹੁੰਚੀ, ਦਿੱਲੀ ਪਹੁੰਚ ਕੇ ਇਹ ਬਿਆਨ ਦਿੰਦੀ ਹੈ ਕਿ ਮੈਨੂੰ ਤਾਂ ਉਹਨਾਂ ਨੇ ਜੀ ਮੇਰੇ ਨਾਲ ਜ਼ਬਰਦਸਤੀ ਕੀਤੀ, ਮੈਨੂੰ ਕੀ ਲਿੰਚਿੰਗ ਕੀਤੀ ਜਾਂ ਮੌਬ ਲਿੰਚਿੰਗ, ਮੌਬ ਲਿੰਚਿੰਗ ਸ਼ਬਦ ਵਰਤਿਆ ਉਸਨੇ, ਮੈਨੂੰ ਤੰਗ ਕੀਤਾ। ਸੋ ਕੀ ਕੀ ਇਹਦੇ ਤੋਂ ਆਸ ਕਰੋਗੇ ਤੁਸੀਂ? ਮੈਨੂੰ ਕੋਈ ਆਸ ਨਹੀਂ ਹੈ ਕਿ ਸਿਆਸਤ ਵਿੱਚ ਕੀ ਪੂਰੀਆਂ ਪਾਊਗੀ ਇਹ ਜੀ। ਇੱਕ ਵਾਰੀ ਕੁਛ ਕਹਿ ਦੋਗੇ ਕਿਤੇ ਜਾ ਕੇ, ਦੂਜੀ ਵਾਰ ਮਾਫੀ ਮੰਗ ਲੋਗੇ, ਤੀਜੀ ਵਾਰ ਕਹੋ ਮੈਂ ਤਾਂ ਕੀਤਾ ਨਹੀਂ। ਜਿਹਨੂੰ ਆਪਣੀ ਗੱਲ ਕਹੀ ਹੋਈ ਯਾਦ ਨਹੀਂ ਰਹਿੰਦੀ, ਉਹ ਤਾਂ ਤੁਸੀਂ ਕੀ ਆਸ ਕਰ ਸਕਦੇ? ਸੋਰੀ, ਮੁਆਫ ਕਰਨਾ, ਇੱਕ ਔਰਤ ਬਾਰੇ ਗੱਲ ਕਰ ਰਹੀ ਹਾਂ, ਮੈਂ ਵੀ ਇੱਕ ਔਰਤ ਹਾਂ, ਲੇਕਿਨ ਮੈਂ ਇੱਕ ਐਸੇ ਸ਼ਖਸ ਦੀ ਗੱਲ ਕਰ ਰਹੀ ਹਾਂ ਜਿਸਨੇ ਤਮੀਜ਼ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਨੇ, ਜਿਸਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਹੀ ਹੈ ਨਹੀਂ। ਹੁਣ ਕਈ ਲੋਕ ਇਹ ਕਹਿੰਦੇ ਹੈਗੇ ਆ ਕਿ ਜਿਵੇਂ ਇਹ ਸਾਰਾ ਕੁਝ ਵਾਪਰਿਆ ਹੈਗਾ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਖਮਿਆਜ਼ਾ ਜਿਹੜਾ ਪੰਜਾਬੀਆਂ ਨੂੰ ਬਹੁਤ ਭੁਗਤਣਾ ਪਊਗਾ, ਉਹਨਾਂ ਨੂੰ ਨੌਕਰੀਆਂ ਦੇ ਵਿੱਚ ਜਿਹੜਾ ਹੈ ਕਿਤੇ ਨਾ ਕਿਤੇ ਪਿੱਛੇ ਧੱਕਿਆ ਜਾਊਗਾ, ਉਹਨਾਂ ਨੂੰ ਜਿਹੜਾ ਹੈ ਬਹੁਤ ਸਾਰੀਆਂ ਬੰਦਿਸ਼ਾਂ ਦਾ ਸਾਹਮਣਾ ਕਰਨਾ ਪਊਗਾ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂ,
ਜੇ ਇਸ ਗੱਲ ਨੂੰ ਜਾਂ ਇਹੋ ਜਿਹੀਆਂ ਗੱਲਾਂ ਨੂੰ, ਇਕੱਲੀ ਇਹ ਗੱਲ ਨਹੀਂ ਹੈ, ਇਹੋ ਜਿਹੀਆਂ ਹੋਰ ਬੜੀਆਂ ਗੱਲਾਂ ਨੇ। ਇੱਕ ਮੈਂ ਵੀ ਦੇਖਿਆ ਸੀ ਜਿਹੜਾ ਉਹ ਕਹਿ ਰਿਹਾ ਵੀ ਜੀ ਇਹ ਤਾਂ ਸਿੱਖ ਹੋ ਕੇ ਉਹ ਬੰਦਾ ਕਹਿ ਰਿਹਾ, ਮੈਂ ਤਾਂ ਨਾਂ ਵੀ ਨਹੀਂ ਲੈਣਾ ਚਾਹੁੰਦੀ ਉਸ ਬੰਦੇ ਦਾ, ਬਈ ਇੰਦਰਾ ਗਾਂਧੀ ਨੂੰ ਵੀ ਮਾਰਿਆ ਸੀ ਉਹਨਾਂ ਨੇ, ਬੇਅੰਤ ਸਿੰਘ ਨੂੰ ਵੀ ਮਾਰਿਆ ਸੀਗਾ ਟੈਰਰ ਇਹਨਾਂ ਨੇ ਸਿੱਖਾਂ ਨੇ। ਕਾਰਨ ਪਤਾ ਨਹੀਂ ਤੁਹਾਨੂੰ ਕਿਹੜੇ ਕਾਰਨ ਹੋਣਗੇ? ਇਹ ਬਿਨਾਂ ਕਾਰਨ ਜਾਣਿਆ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ, ਪਹਿਲਾਂ ਪਿਛੋਕੜ ਦੇਖੋ, ਇਤਿਹਾਸ ਦੇਖੋ, ਉਸ ਸਥਿਤੀ ਨੂੰ ਦੇਖੋ, ਫਿਰ ਗੱਲ ਕਰੋ। ਇਹਦਾ ਮੁਕਾਬਲਾ ਕੰਗਣਾ ਦਾ ਮੁਕਾਬਲਾ ਇੰਦਰਾ ਗਾਂਧੀ ਨਾਲ ਕਿੱਥੇ, ਰਾਮ ਰਾਮ ਕਿੱਥੇ, ਟੈਂ ਟੈਂ ਕਿੱਥੇ ਕਰ ਲਓਗੇ ਤੁਸੀਂ ਇਹਦਾ ਮੁਕਾਬਲਾ? ਇੰਦਰਾ ਗਾਂਧੀ ਨਾਲ ਕਿਉਂ ਮੁਕਾਬਲਾ ਕਰੋਗੇ? ਕਿੱਥੇ, ਨਹੀਂ ਕਰ ਸਕਦੇ। ਸੋ ਬਾਕੀ ਇੰਨੀ ਕੁ ਗੱਲ ਹੈਗੀ ਹੈ ਕਿ ਜਿਹਨੇ ਵੀ ਕਿਸੇ ਨੇ ਧਰਮ 'ਤੇ ਹਮਲਾ ਕੀਤਾ, ਕਿਸੇ ਦੀਆਂ ਧਾਰਮਿਕ ਜਿਹੜੀ ਹੈ ਧਰਮ ਨੂੰ ਠੇਸ ਪਹੁੰਚਾਈ ਹੈ, ਕਿਸੇ ਦੀ ਅੰਤਰ ਆਤਮਾ ਨੂੰ ਵਲੂੰਦਰਿਆ, ਉਸ ਬੰਦੇ ਦਾ ਉਹਨਾਂ ਲੋਕਾਂ ਦਾ ਇਤਿਹਾਸ ਪੜ੍ਹ ਸਕਦੇ ਹੋ ਤੁਸੀਂ ਵੀ ਕਿਵੇਂ ਉਹ ਕੁਦਰਤ ਹੀ ਖਤਮ ਕਰਦੀ ਹੈ, ਬੰਦੇ ਨਹੀਂ ਖਤਮ ਕਰ ਸਕਦੇ। ਬੰਦਾ ਤਾਂ ਇੱਕ ਬੰਦੇ ਨੂੰ ਮਾਰੂਗਾ, ਦੂਜਾ ਬੰਦਾ ਉਹਨੂੰ ਮਾਰ ਦੂਗਾ, ਕਹਾਣੀ ਖਤਮ ਹੈ। ਕੁਦਰਤ ਬਹੁਤ ਬੇਅੰਤ ਹੈ, ਗੱਲ ਕਹਿੰਦੀ ਹੈ ਤੂੰ ਆਪ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂੰਗਾ। ਇਹ ਗੱਲ ਵੀ ਇੱਥੇ ਇੰਨੀ ਕੀ ਹੈ। ਕੰਗਣਾ ਦੀ ਗੱਲ ਨੂੰ ਤਾਂ ਹੁਣ ਕੋਈ ਨਹੀਂ ਅੱਗੇ ਲੈ ਕੇ ਆ ਰਿਹਾ ਕਿਉਂਕਿ ਉਹ MP ਬਣ ਗਈ। ਮੇਰਾ ਇਹ ਤੁਹਾਡੇ ਨਾਲ ਇੱਕ ਹੈ ਕਿ ਕੰਗਣਾ 'ਤੇ ਕੇਸ ਦਰਜ ਹੋਣਾ ਚਾਹੀਦਾ। ਕੰਗਣਾ ਨੇ ਪੰਜਾਬ ਨੂੰ ਟੈਰਰਿਸਟ ਕਿਹਾ, ਕੰਗਣਾ ਨੇ ਬਿਆਨ ਦਿੱਤਾ। ਮੈਂ ਉਹਨੂੰ ਪੁੱਛਦੀ ਹਾਂ ਵੀ ਤੈਨੂੰ ਕੀ ਹੱਕ, ਕਿਹਨੇ ਹੱਕ ਦਿੱਤਾ ਤੇਰੇ, ਕਿਸੇ ਟੈਰਰਿਸਟ ਤੇਰਾ ਕੀ ਕੀਤਾ? ਤੂੰ ਉਹਨਾਂ ਤੋਂ ਹੀ ਮਾਫ਼ੀ ਮੰਗ ਕੇ ਆਈ ਸੀ? ਸਾਰੇ ਪੰਜਾਬੀਆਂ ਨੂੰ ਤੂੰ ਟੈਰਰਿਸਟ ਕਹਿੰਦੀ ਆ ਉੱਥੇ? ਮੈਂ ਮਾਫ਼ ਕਰਨਾ ਉੱਥੇ ਪਾਰਲੀਮੈਂਟ 'ਚ ਵੀ BJP ਦੇ ਵੀ ਸਰਦਾਰ ਹੋਣਗੇ, ਸ਼ਾਇਦ ਉਹਨਾਂ ਨੂੰ ਕੋਈ ਨਮੋਸ਼ੀ ਆਊਗੀ ਕਿ ਸਾਡੇ ਪੰਜਾਬ ਨੂੰ, ਉਹ ਪੰਜਾਬ ਦੇ ਹੀ ਉੱਗੇ ਹੋਏ ਨੇ, ਪੰਜਾਬ 'ਚੋਂ ਹੀ ਗਏ ਨੇ, ਕਿ ਇੱਕ ਰਾਜ ਸੀ ਓਹਲੇ ਦੇ ਵਿੱਚ ਤੁਸੀਂ ਆਪਣੇ ਧਰਮ ਨੂੰ, ਆਪਣੀ ਕੌਮ ਨੂੰ, ਆਪਣੇ ਦੇਸ਼ ਦੀ ਮਿੱਟੀ ਨੂੰ ਇਹ ਸਾਰਾ ਕੁਝ ਸੁਣ ਸਕਦੇ ਹੋ? ਜੇ ਸੁਣ ਸਕਦੇ ਹੋ ਤਾਂ ਉਹਦੀ ਸ਼ਰਮ ਮੈਨੂੰ ਆਉਂਦੀ ਹੈ। ਤੋ ਇਹਦੀ ਗੂੰਜ ਹੋਣੀ ਚਾਹੀਦੀ ਹੈ, ਇਸ ਨੂੰ ਪਬਲਿਕਲੀ ਮੁਆਫੀ ਮੰਗਣੀ ਚਾਹੀਦੀ ਹੈ। ਮੈਂ ਕੰਗਣਾ ਨੂੰ ਮੈਂ ਸਮਝਦੀ ਹਾਂ, ਮੇਰੀ ਰੂਹ ਤੋਂ, ਮੇਰੀ ਪੰਜਾਬ ਤੋਂ, ਇਸ ਮਿੱਟੀ 'ਚੋਂ ਇਹ ਆਵਾਜ਼ ਆਉਂਦੀ ਹੈ ਕਿ ਜਿਸ ਔਰਤ ਨੇ ਇੱਥੇ ਕੁਛ ਹੋਰ ਗੱਲ ਸੀ ਉੱਥੇ ਦਿੱਲੀ ਜਾ ਕੇ ਬਣਾ ਲਈ ਜੀ, ਪੰਜਾਬ 'ਚ ਟੈਰਰਿਜ਼ਮ ਬਹੁਤ ਵੱਧ ਰਿਹਾ ਹੈ, ਪੰਜਾਬ 'ਚ ਆਹ ਹੋ ਰਿਹਾ, ਕੀ ਹੋ ਰਿਹਾ ਪੰਜਾਬ 'ਚ? ਪੰਜਾਬ ਇੱਕ ਪੀਸਫੁੱਲ ਰਾਜ ਹੈ,
ਮੈਂ ਭਗਵੰਤ ਮਾਨ ਹੋਣਾ ਨੂੰ ਵੀ ਗੁਜ਼ਾਰਿਸ਼ ਕਰੂੰਗੀ ਕਿ ਉਹ ਇਸ ਦੇ ਉੱਤੇ ਬਿਆਨ ਦੇਣ, ਸਾਹਮਣੇ ਆਉਣ। ਸਾਡਾ ਪੰਜਾਬ ਮਹਾਨ, ਸਾਡੇ ਪੰਜਾਬ ਦੀ ਧਰਤੀ ਬਿਲਕੁਲ ਟੈਰਰਿਸਟ ਨਹੀਂ, ਨਾ ਟੈਰਰਿਸਟ ਪੈਦਾ ਕਰਦੀ ਹੈ, ਨਾ ਟੈਰਰਿਸਟਾਂ ਨੂੰ ਵੜਨ ਦਿੰਦੀ ਹੈ, ਨਾ ਟੈਰਰਿਸਟਾਂ ਨੂੰ ਮੂੰਹ ਲਾਉਂਦੀ ਹੈ। ਮੈਮ ਜੇ ਇਹ ਤਾਂ ਆਪਾਂ ਗੱਲ ਕਰ ਲਈ ਕੰਗਣਾ ਦੀ, ਕੰਗਣਾ ਦੀ ਭੈਣ ਵੀ ਜਿਹੜੀ ਹੈਗੀ ਹੈ ਟਵੀਟ ਕਰਦੀ ਹੈ, ਉਹ ਵੀ ਇਹੀ ਗੱਲ ਕਹਿੰਦੀ ਹੈਗੀ ਕਿ ਹੁਣ ਇਹਨੂੰ ਜਿਹੜਾ ਕਾਫੀ ਫੰਡ ਆ ਗਏ ਹੈ, ਇਹ ਜਿਹੜੀ ਹੈਗੀ ਹੈ ਖਾਲਿਸਤਾਨੀ ਹੈਗੀ ਹੈ, ਇਹ ਉਸ ਸੋਚ ਦੇ ਵਿੱਚੋਂ ਉਭਰੀ ਹੋਈ ਹੈ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਬੀਬਾ, ਤੁਹਾਡਾ ਕੀ ਖਿਆਲ ਹੈ ਕਿ ਵੀ ਉਹ ਉਹਦੀ ਭੈਣ ਦੀ ਜ਼ੁਬਾਨ ਹੈ? ਹੁਣ ਤੁਸੀਂ ਦੇਖੋ, ਇਹ 15 ਸਾਲ ਦੀ ਉਮਰ 'ਚ ਘਰੋਂ ਭੱਜੀ, ਘਰਦਿਆਂ ਨੇ ਇਹਦੇ ਨਾਲੋਂ ਸਾਰੇ ਨਾਤੇ ਤੋੜ ਲਏ, ਫਿਰ ਇਹਨੂੰ ਜਾ ਕੇ ਦੋ ਚਾਰ ਕਿਵੇਂ ਨਾ ਜੋ ਇਹਨੇ ਕਰਤੂਤਾਂ ਕਰਕੇ, ਜਿਵੇਂ ਪਤਾ ਨਹੀਂ ਕਿਵੇਂ ਇਹਨੇ ਫਿਲਮਾਂ ਲੈ ਲਈਆਂ, ਫਿਰ ਜਦੋਂ ਫਿਲਮਾਂ 'ਚ ਗੱਲ ਨਹੀਂ ਬਣੀ ਤਾਂ ਇਹ ਉੱਥੇ ਬਜਾ ਵੜੀ। ਕੀ ਤੁਸੀਂ ਕਦੀ ਹੇਮਾ ਮਾਲਨੀ ਦੀ ਗੱਲ ਸੁਣੀ ਹੈ ਇਹ ਜੀ? ਹੇਮਾ ਮਾਲਨੀ ਵੀ ਹੈਗੀ ਹੈ ਫਿਲਮ ਇੰਡਸਟਰੀ 'ਚ, ਤੁਸੀਂ ਸ਼ੁਰੂ ਤੋਂ ਲੈ ਲਓ, ਮੀਨਾ ਕੁਮਾਰੀ ਤੋਂ ਲੈ ਲਓ, ਆਪਣਾ ਆਸ਼ਾ ਪਾਰਖ ਤੋਂ ਲੈ ਲਓ, ਮਾਲਾ ਸਿਨਾ ਤੋਂ ਲਓ, ਫਿਰ ਤੁਸੀਂ ਆ ਕੇ ਆਹ ਐਸ਼ਵਰੀਆ ਰਾਏ ਹੈ, ਫਿਰ ਇਹ ਆਪਣੀ ਮਾਧੁਰੀ ਦੀਕਸ਼ਿਤ ਹੈ, ਜਾਂ ਹੁਣ ਨਵੀਆਂ ਦੇ ਤਾਂ ਮੈਨੂੰ ਨਾਂ ਵੀ ਨਹੀਂ ਆਉਂਦੇ ਹੈਗੇ, ਠੀਕ ਹੈ। ਉਹ ਆਪਣੇ ਕੰਮ ਵਾਸਤੇ ਡੈਡੀਕੇਟਿਡ ਨੇ, ਉਹ ਆਪਣੇ ਕੰਮ ਲਈ ਲੜਦੀਆਂ ਵੀ ਨੇ, ਉਹ ਆਪਣੇ ਕੰਮ ਲਈ ਆਪਣੀ ਜਗ੍ਹਾ ਬਣਾਉਣ ਲਈ ਜ਼ੋਰ ਵੀ ਲਾਉਂਦੀਆਂ ਨੇ, ਪਰ ਉਹਨਾਂ ਨੇ ਇਹੋ ਜਿਹੀ ਬਕਵਾਸਬਾਜ਼ੀ ਤਾਂ ਨਹੀਂ ਕੀਤੀ, ਇਹਨੂੰ ਕੀ ਜ਼ਰੂਰਤ ਪੈ ਗਈ? ਸੋ ਇਹਦਾ ਮੈਨੂੰ ਤਾਂ ਇਹੀ ਲੱਗਦਾ ਕਿ ਇਹ ਲਾਈਮ ਲਾਈਟ 'ਚ ਰਹਿਣਾ ਚਾਹੁੰਦੀ ਹੈ, ਇਹਦੀ ਭੈਣ ਉਹੀ ਬੋਲੂਗੀ, ਹੁਣ ਇਹਦੇ ਭੈਣ ਭਰਾ ਵੀ ਨਾਲ ਨੇ, ਜਦੋਂ ਦੇਖਿਆ ਥੋੜਾ ਨਾ ਹੋ ਗਿਆ, ਪੈਸਾ ਆ ਗਿਆ, ਭੈਣ ਭਰਾ ਵੀ ਨਾਲ ਰਲ ਗਏ, ਇਹ ਉਹੀ ਭੈਣ ਹੈ, ਇਹ ਉਹੀ ਉਹਦੇ ਮਾਪੇ ਨੇ ਜਿਨ੍ਹਾਂ ਨੂੰ ਥੱਪੜ ਮਾਰਦੀ ਸੀ ਇਹ, ਜਿਨ੍ਹਾਂ ਨੂੰ ਇਹ ਟਵੀਟ ਕਰਕੇ ਲਿਖਦੀ ਹੈ ਕਿ ਮੈਂ 15 ਸਾਲ ਦੀ ਆਪਣੇ ਘਰੋਂ ਦੌੜ ਆਈ ਸੀ। ਸੋ ਇਹੋ ਜਿਹੀ ਪਿਛੋਕੜ ਵਾਲੀ ਔਰਤ ਤੋਂ ਤੁਸੀਂ ਕੀ ਆਸ ਕਰਦੇ ਹੋ? ਤਰਸ ਆਉਂਦਾ ਮੈਨੂੰ ਤਾਂ ਉਹਦੇ ਤੇ, ਠੀਕ ਹੈ, ਪਰ ਤਰਸ ਦੇ ਨਾਲ ਨਾਲ ਮੈਂ ਇਹ ਵੀ ਕਹਿੰਦੀ ਹਾਂ ਕਿ ਭਾਈ ਕੁੜੀਏ, ਬੀਬਾ, ਆਪਣੀ ਜ਼ੁਬਾਨ ਨੂੰ ਥੋੜ੍ਹਾ ਜਿਹਾ ਸੰਭਾਲ ਲੈ, ਦੇਖਣ ਪਰਖਣ ਨੂੰ ਚੰਗੀ ਹੈ, ਥੋੜ੍ਹਾ ਬਹੁਤ ਫਿਲਮਾਂ 'ਚ ਚੰਗਾ ਕੰਮ ਕੀਤਾ ਹੈ, ਰਾਜਨੀਤੀ 'ਚ ਆਈ ਹੈ ਤਾਂ ਦੂਜਿਆਂ ਆਪਣੇ ਧਰਮ ਦਾ ਅਤੇ ਦੂਜਿਆਂ ਦੇ ਧਰਮ ਦਾ ਸਤਿਕਾਰ ਕਰਨਾ ਸਿੱਖ ਲੈ, ਆਪਣੇ ਤੋਂ ਵੱਡਿਆਂ ਦਾ, ਆਪਣੀਆਂ ਮਾਵਾਂ ਦਾਦੀਆਂ ਦੀ ਏਜ ਦੀਆਂ ਔਰਤਾਂ ਦਾ ਇੱਜ਼ਤ ਕਰਨੀ ਸਿੱਖ ਲੈ, ਆਪਣੇ ਡਿਊਟੀ 'ਤੇ ਖੜ੍ਹੇ ਕਾਮਿਆਂ ਨੂੰ ਉਹ ਜੋ ਕੰਮ 'ਤੇ ਲਾਏ ਹੋਏ ਨੇ ਸਰਕਾਰ ਨੇ, ਉਹਨਾਂ ਦੇ ਕੰਮ 'ਚ ਵਿਘਨਤਾ ਨਾ ਪਾਓ। ਜੇ ਤੁਹਾਡਾ ਫੋਨ ਰੱਖ ਵੀ ਲੈਂਦੇ, ਉਹਦਾ ਫੋਨ 'ਚ ਕੀ ਸੀ, ਬੰਬ ਸੀਗਾ? ਜੇ ਨਹੀਂ ਚੈੱਕ ਕਰਾਉਣਾ ਚਾਹੁੰਦੀ ਤਾਂ ਮਤਲਬ ਕੁਛ ਸੀਗਾ? ਸੋ ਗੱਲਾਂ ਜਿੰਨੀਆਂ ਮਰਜ਼ੀ ਰਿੜਕ ਲਓ, ਨਿਕਲਣਾ ਕੁਛ ਨਹੀਂ ਹੈ, ਇਹ ਇੱਕ ਇਸ਼ੂ ਬਣਾਇਆ ਜਾ ਰਿਹਾ ਆ, ਕਿਉਂਕਿ ਪੰਜਾਬ ਵਿੱਚ ਬੀਜੇਪੀ ਦਾ ਖਾਤਾ ਖੁੱਲ੍ਹਣ ਨਹੀਂ ਦਿੱਤਾ, ਇਹ ਵੀ ਦੁੱਖ ਹੈ, ਕਸ਼ਟ ਹੈ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲੋਕ ਨੇ, ਲੋਕ ਮਾਨਸ ਹੈ, ਜਿਹਨੂੰ ਲੋਕ ਚਾਹੁੰਦੇ ਆ ਸਿਰ 'ਤੇ ਚੁੱਕਦੇ ਨੇ, ਜਿਹਨੂੰ ਲੋਕ ਚਾਹੁੰਦੇ ਨੇ ਪਟਕਾ ਕੇ ਮਾਰਦੇ ਨੇ, ਜਗਲਾ ਨਹੀਂ ਕਰਦਾ।
ਪਿਛਲੀਆਂ ਸਰਕਾਰਾਂ ਦੇ ਦੇਖ ਲਓ ਤੁਸੀਂ, ਭਗਵੰਤ ਮਾਨ ਦੀ ਸਰਕਾਰ ਹੁੰਝਾ ਫਿਰ ਕੇ ਜਿੱਤੀ ਹੈ। ਇਹ ਕੰਮ ਕਰਦੇ ਨੇ, ਜੇ ਕੰਮ ਕਰਦੇ ਰਹਿਣਗੇ ਤੇ ਇਹਨੂੰ ਸਿਰ ਤੇ ਚੱਕੀ ਰੱਖਣਗੇ, ਜਿੱਦਣ ਇਹ ਕੰਮ ਕਰਨਾ ਬੰਦ ਕਰਗੇ ਉਦਣ ਲਾ ਦੇਣਗੇ। ਇਹ ਲੋਕ ਨੇ, ਲੋਕ ਸ਼ਕਤੀ ਦਾ ਸਾਨੂੰ ਗਿਆਨ ਹੋਣਾ ਚਾਹੀਦਾ। ਜਿੱਦਣ ਅਸੀਂ ਲੋਕ ਸ਼ਕਤੀ ਨੂੰ, ਲੋਕ ਸਮਰੱਥਾ ਨੂੰ ਸਮਝ ਗਏ, ਉਦਣ ਅਸੀਂ ਹੋਰ ਤਰ੍ਹਾਂ ਦੇ ਸੋਚਾਂਗੇ। ਉਦੋਂ ਮੇਰੀ ਮੈਂ ਨਹੀਂ ਹੋਵੇਗੀ, ਅਸੀਂ ਹੋਵਾਂਗੇ ਜੀ। ਐਮ ਪੀ ਦਾ ਅਹੁਦਾ ਜਿਹੜਾ ਹੈਗਾ ਬਹੁਤ ਜਿਹੜਾ ਆ ਉੱਚਾ ਹੁੰਦਾ ਹੈਗਾ, ਕਿਉਂਕਿ ਉਹ ਲੋਕਾਂ ਦਾ ਨੁਮਾਇੰਦਾ ਹੈਗਾ ਆ, ਲੋਕਾਂ ਨੇ ਉਹਨੂੰ ਚੁਣ ਕੇ ਜਿਹੜਾ ਆ ਭੇਜਿਆ ਹੈਗਾ ਆ। ਅਕਸਰ ਹੀ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਪਣੀ ਬੇਤੁਕੀ ਬਿਆਨਬਾਜ਼ੀ ਕਰਕੇ ਜਿਹੜੀ ਕੰਗਣਾ ਚਰਚਾ ਦੇ ਵਿੱਚ ਰਹਿੰਦੀ ਹੈਗੀ ਹੈ, ਤੁਹਾਨੂੰ ਕੀ ਲੱਗਦਾ? ਇੱਕ ਤਾਂ ਤੁਸੀਂ ਗੱਲ ਕਰ ਦਿੱਤੀ ਕਿ ਲਾਈਮਲਾਈਟ ਦੇ ਵਿੱਚ ਰਹਿਣਾ ਚਾਹੁੰਦੀ ਹੈ, ਦੂਜਾ ਕਾਰਨ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੀਆਂ ਬਿਆਨਬਾਜ਼ੀਆਂ ਲਗਾਤਾਰ ਕਿਉਂ ਕਰਦੀ ਰਹਿੰਦੀ ਹੈ? ਦੇਖੋ, ਲਗਾਤਾਰ ਉਹਨੂੰ ਪਤਾ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਹੈ, ਉਹਨੂੰ ਤਾਂ ਐਂ ਹੈ ਵੀ ਹਾਂ ਗੱਲ ਕਰਨੀ ਹੈ, ਉਹ ਗੱਲ ਕਰਨ ਲਈ ਗੱਲ ਕਰ ਰਹੀ ਹੈ। ਜੇ ਉਹਨੂੰ ਇਹ ਪਤਾ ਹੋਵੇ, ਇਹ ਸਮਝ ਹੋਵੇ, ਤਾਂ ਪਬਲਿਕਲੀ ਇਹੋ ਜਿਹਾ ਕਰਦੀ ਹੋਈ ਨਾ। ਜਾਂ ਮੈਨੂੰ ਇਹ ਲੱਗਦਾ ਕਿ ਉਹ ਹੁਣ ਜਦੋਂ ਵੋਟਾਂ ਆਹ ਜਿੱਤੀ ਹੈ, ਕਿਉਂਕਿ ਬੀਜੇਪੀ ਨੂੰ ਪੂਰਨ ਬਹੁਮਤ ਹੋਇਆ ਨਹੀਂ ਤੇ ਹੁਣ ਫੌੜੀ ਦੇ ਸਹਾਰੇ ਬੀਜੇਪੀ ਸਰਕਾਰ ਵੀ ਬਣਾਊ, ਇਹ ਵੀ ਨਹੀਂ ਪਤਾ ਹੁੰਦਾ ਕਿਹਨੇ ਕਿਹੜੀ ਫੌੜੀ ਪਹਿਲਾਂ ਖਿੱਚ ਲਈ ਤੇ ਸਰਕਾਰ ਡਿੱਗ ਪਈ। ਠੀਕ ਹੈ, ਉੱਥੇ ਇਹਨੂੰ ਐਂ ਸੀ ਵੀ ਕੰਗਣਾ ਹੋਊਗੀ, ਮੇਰਾ ਨਾਂ ਵੀ ਆਊਗਾ। ਉੱਥੇ ਅਮਿਤ ਸ਼ਾਹ ਦਾ, ਮੋਦੀ ਦਾ ਤੇ ਇੱਕ ਦੋ ਹੋਰ ਨੇ, ਰਾਜਨਾਥ ਸਿੰਘ ਦਾ, ਇਹਨਾਂ ਦੀ ਚਰਚਾ ਹੋ ਰਹੀ ਹੈ, ਉਹਦੀ ਤਾਂ ਚਰਚਾ ਹੀ ਨਹੀਂ ਹੋ ਰਹੀ। ਬਈ ਕਿਉਂ ਨਹੀਂ ਹੋ ਰਹੀ ਉਹਦੀ ਚਰਚਾ? ਉਹ ਇੱਕ ਹੀਰੋਇਨ ਹੈ, ਹੱਦ ਹੋ ਗਈ ਯਾਰ, ਉਹ ਆਪਣੇ ਪਿਓ ਦੇ ਥੱਪੜ ਮਾਰ ਸਕਦੀ ਹੈ, ਤੁਸੀਂ ਕੌਣ ਹੁੰਦੇ ਉਹਦੀ ਚਰਚਾ ਨਹੀਂ ਕਰਦੇ? ਤੋ ਉਹ ਫਿਰ ਲਾਈਮਲਾਈਟ 'ਚ ਰਹਿਣ ਵਾਸਤੇ ਉਹਨੂੰ ਇਹ ਬਹੁਤ ਵਧੀਆ ਮੌਕਾ ਮਿਲਿਆ ਕਿ ਦਿੱਲੀ ਜਾਂਦਿਆਂ ਮੈਂ ਕਹਾਂ ਜੀ ਮੇਰੇ ਸਾਥ ਤੋਂ ਦੇਖੋ ਯੇ ਐਸਾ ਕੀਆ ਉਹਨੇ, ਮੁਝੇ ਗਾਲੀ ਗਲੋਚ ਕੀ, ਮੁਝੇ ਤੋਂ ਮਾਰਨੇ ਕੀ ਕੋਸ਼ਿਸ਼ ਵੀ ਕੀ, ਉਹ ਤੋਂ ਆਤੰਕਵਾਦੀ ਹੈ, ਮੈਂ ਸੇਫ ਹੂੰ। ਜੇ ਪੰਜਾਬੀ ਆਤੰਕਵਾਦੀ ਸੀ, ਜੇ ਉਹ ਕੁੜੀ ਕੁਲਵਿੰਦਰ ਕੌਰ ਆਤੰਕਵਾਦੀ ਸੀ, ਮੈਂ ਸੇਫ ਹੂੰ। ਕਾਹਦੀ ਸੇਫ? ਕਿਉਂ ਕਿਹਾ ਉਹਨੇ ਸੇਫ? ਸਿਰਫ ਬਦਨਾਮ ਕਰਨ ਲਈ, ਪੰਜਾਬ ਦੇ ਲੋਕਾਂ ਨੂੰ। ਇਹ ਪੰਜਾਬ ਦੇ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ। ਪੰਜਾਬ ਦੇ ਜਾਏ ਜਿਹੜੇ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਮੁਹੰਮਦਨ ਨੇ, ਉਹ ਆਪਣੇ ਪੰਜਾਬ ਦੀ ਵਾਸਤੇ ਕੋਈ ਗਲਤ ਗੱਲ ਸੁਣਨ, ਪਹਿਲੀ ਗੱਲ ਤਾਂ ਸੁਣ ਨਹੀਂ ਸਕਦੇ, ਪਰ ਜਿਹੜੇ ਸੁਣ ਰਹੇ ਨੇ ਉਹ ਸਮਝਣ, ਜਾਣਨ ਇਸ ਗੱਲ ਨੂੰ ਵੀ ਭਾਈ ਉਸ ਨੂੰ ਲਾਈਮਲਾਈਟ 'ਚ ਰਹਿਣ ਦੀ ਇੱਕ ਸ਼ੌਕ ਹੈ, ਜ਼ੁਬਾਨ 'ਤੇ ਉਹਨੂੰ ਕੰਟਰੋਲ ਨਹੀਂ ਹੈ। ਕਹਿੰਦੇ ਹੁੰਦੇ ਨੇ ਦਾਤੀ ਦੇ ਦੰਦੇ ਹੁੰਦੇ ਨੇ ਇੱਕ ਪਾਸੇ, ਉਹ ਪੂਰਾ ਪੈਂਦੇ ਨੇ, ਜ਼ੁਬਾਨ ਦੇ ਦੰਦੇ ਹੁੰਦੇ ਦੋਨੋਂ ਪਾਸੇ, ਜ਼ੁਬਾਨ ਦਾ ਵੱਢਿਆ ਤਾਂ ਕਦੀ ਬਚਿਆ ਨਹੀਂ, ਤਲਵਾਰ ਦਾ ਵੱਢਿਆ ਫਿਰ ਵੀ ਉਹਦਾ ਬਚਾਅ ਹੋ ਜਾਂਦਾ ਹੈ। ਸੋ ਬੀਬਾ ਨੂੰ ਮੈਂ ਤਾਂ ਬਾਰ ਬਾਰ ਇਹੀ ਕਹਿੰਦੀ ਹਾਂ ਵੀ ਜਿਹੜੇ ਵੀ ਸ਼ਬਦ, ਇਹ ਸਾਰੀਆਂ ਔਰਤਾਂ ਨੂੰ ਵੀ ਮੈਂ ਕਹਿੰਦੀ ਹਾਂ
ਬੰਦਿਆਂ ਨੂੰ ਵੀ ਕਹਿੰਦੀ ਹਾਂ, ਕਿਸੇ ਨਾਲ ਵੀ ਜਿਹੜੀ ਗੱਲ ਕਰਨੀ ਹੈ, ਜਿਹੜੀ ਗੱਲ ਕਰਨੀ ਹੈ ਉਹ ਸੋਚ ਲਓ। ਇਹ ਨਾ ਹੋਏ ਜੀ ਮੇਤੋਂ ਤਾਂ ਕਹੀ ਗਈ, ਜਿਹੜੀ ਮੂੰਹ ਚੋਂ ਗੱਲ ਨਿਕਲ ਗਈ ਨਾ ਉਹੀ। ਮੈਂ ਪਹਿਲਾਂ ਵੀ ਕਿਹਾ ਕਿ ਜ਼ੁਬਾਨ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਗੱਲ ਕਹਿੰਦੀ ਹੈ, ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂ। ਤੋ ਇਹ ਹੁਣ ਮੈਂ ਪ੍ਰਧਾਨ ਮੰਤਰੀ ਹੋਣ ਵਾਲੇ ਜਿਹੜੇ ਨੇ ਮੋਦੀ ਜੀ, ਉਹਨਾਂ ਤੋਂ ਉਹਨੂੰ ਮੈਂ ਗੁਜ਼ਾਰਿਸ਼ ਵੀ ਕਰਦੀ ਹਾਂ, ਉਹਨਾਂ ਨੂੰ ਆਸ ਵੀ ਕਰਦੀ ਹਾਂ ਉਹਨਾਂ ਤੋਂ ਮੈਂ ਕਿ ਇਸ ਬੀਬੀ ਕੰਗਣਾ ਨੂੰ ਸਮਝਾਉਣਗੇ ਅਤੇ ਇਹ ਆਪਣੇ ਲੋਕਾਂ ਨੂੰ ਦੱਸਣਗੇ, ਪੰਜਾਬ ਦੀ ਆਵਾਜ਼ ਬਣ ਕੇ। ਪਗੜੀ ਬੰਨ੍ਹਣੇ ਸੀ ਇਹਨਾਂ ਨੇ ਆ ਕੇ ਬਠਿੰਡੇ 'ਚ, ਮੈਂ ਪੰਜਾਬੀ ਹੂੰ ਕਿਹਾ ਸੀ ਪੰਜਾਬ ਕੇ ਸਾਥ ਹੂੰ, ਅਤੇ ਹੁਣ ਪੰਜਾਬ ਦਾ ਸਾਥ ਕਿੱਥੇ ਗਿਆ? ਕਹਿ ਦੱਸਣ ਉਹ ਕਿ ਪੰਜਾਬ ਦੇ ਲੋਕ ਟੈਰਰਿਸਟ ਨਹੀਂ ਹੈ। ਪਰ ਇੱਕ ਗੱਲ ਮੈਂ ਇੱਥੇ ਹੋਰ ਕਹਿ ਦਿਆਂ, ਕਿਸਾਨ ਧਰਨੇ ਵੇਲੇ ਮੋਦੀ ਜੀ ਵੀ ਆਏ ਸੀ, ਜਦੋਂ ਕਿਸਾਨਾਂ ਨੂੰ ਇੱਥੇ ਕਿਸਾਨਾਂ ਨੇ ਰੋਕ ਲਿਆ ਸੀ, ਤਾਂ ਉਹਨਾਂ ਨੇ ਜਾ ਕੇ ਬਿਆਨ ਦਿੱਤਾ ਸੀ, ਉਹਨਾਂ ਨੇ ਵੀ ਬਿਆਨ ਦਿੱਤਾ ਸੀ, ਮੈਂ ਤਾਂ ਮਸਾਂ ਬਚ ਕੇ ਆਇਆ ਉੱਥੋਂ। ਸੋ ਬਈ ਮੈਂ ਇਹ ਸਾਰੀਆਂ ਵਿਰੋਧਾਤਮਕ ਗੱਲਾਂ ਨੇ, ਤੋ ਜੇ ਉਹ ਪੰਜਾਬ ਦੇ ਬਚ ਕੇ ਜਾਣ ਨਹੀਂ ਦਿੰਦੇ। ਉਹ ਚ ਹੈਗਾ ਨਾ ਕਿ ਤੈਨੂੰ ਭੱਜਿਆ ਜਾਣ ਨਾ ਦੇਣਗੇ ਮੇਰੇ ਵੀਰ ਗਏ ਜੇ ਆ ਜੀ। ਬਾਕੀ ਸਹੀ ਗੱਲ ਹੈਗੀ ਹੈ ਕਿ ਜਿਹੜੇ ਪੰਜਾਬੀ ਹੈਗੇ ਆ ਕਿਸੇ ਵੀ ਪਾਸੇ ਲੱਗਦੇ ਤੇ ਆਪਣੇ ਜੋਸ਼ ਤੇ ਜਜ਼ਬੇ ਦੇ ਨਾਲ ਜਿਹੜਾ ਜਿੱਤਦੇ ਜ਼ਰੂਰ ਹੈਗੇ ਆ। ਮੈਮ ਜਾਂਦੇ ਜਾਂਦੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ? ਬੀਬਾ ਕੰਗਣਾ ਰਣੌਤ ਦੀਆਂ ਜਿਹੜੀਆਂ ਗੱਲਾਂ ਮੈਂ ਬੀਬਾ ਤੇਰੀਆਂ ਪਿੱਛੇ ਸੁਣੀਆਂ ਨੇ, ਉਹਦੇ ਚੋਂ ਮੈਨੂੰ ਇਹ ਵੀ ਲੱਗਦਾ ਹੈ ਕਿ ਬਚਪਨ ਤੋਂ ਤੂੰ ਮੈਂਟਲੀ ਡਿਸਆਰਡਰ ਜੀ ਹੈ। ਇਹ ਕੋਈ ਬਿਮਾਰੀ ਨਹੀਂ ਹੈ, ਕੋਈ ਗਾਲ ਵੀ ਨਹੀਂ ਹੈ। ਹਰ ਬੰਦੇ ਨੂੰ ਸਾਈਕੈਟਿਸਟ ਦੀ ਲੋੜ ਪੈ ਸਕਦੀ ਹੈ, ਅਤੇ ਤੂੰ ਥੋੜ੍ਹਾ ਜਿਹਾ ਕਿਸੇ ਵਧੀਆ ਜਿਹੇ ਸਾਈਕੈਟਿਸਟ ਨੂੰ ਦਿਖਾ ਲੈ ਤਾਂ ਕਿ ਤੇਰੇ ਜਿਹੜੇ ਦਿਮਾਗ ਦੀ ਗਰਮੀ ਹੈ ਥੋੜ੍ਹੀ ਜਿਹੀ ਠੰਡੀ ਹੋਵੇ। ਮੰਨ ਲਓ ਤੈਨੂੰ ਕੋਈ ਰਾਜ ਭਾਗ ਮਿਲ ਗਿਆ, ਕੋਈ ਤੈਨੂੰ ਮੰਤਰੀ ਮੰਡਲ ਮਿਲ ਗਿਆ, ਤੂੰ ਤਾਂ ਵਰਪੇਂਗੀ ਉਹਨਾਂ 'ਤੇ ਆਪਣੇ ਜਿਹੜੇ ਦਫ਼ਤਰੀ ਕਾਮਿਆਂ ਦੇ ਉੱਤੇ, ਕਲੈਰੀਕਲ ਸਟਾਫ ਦੇ ਉੱਤੇ। ਅਤੇ ਬੀਬਾ ਅੱਜ ਕੱਲ੍ਹ ਕੋਈ ਨਹੀਂ ਸੁਣਦਾ ਹੁੰਦਾ, ਬੱਚੀ ਹੈ ਮੇਰੇ ਲਈ ਤੂੰ ਬੱਚੀ ਹੈ। ਇਸ ਕਰਕੇ ਮੈਂ ਇੱਕ ਇਹ ਮੇਰਾ ਸੁਝਾਅ ਹੈ ਕਿ ਜਿਹੜੀਆਂ ਗੱਲਾਂ ਤੂੰ ਕਰਦੀ ਹੈ ਉਹ ਐਂ ਲੱਗਦਾ ਵੀ ਜਿਵੇਂ ਤੂੰ ਮੈਂਟਲੀ ਬਹੁਤ ਡਿਸਟਰਬਡ ਹੈ। ਅਤੇ ਬੀਬਾ ਜ਼ਰੂਰ ਕਿਸੇ ਅੱਛੇ ਜਿਹੇ ਸਾਈਕੈਟ੍ਰਿਸਟ ਨੂੰ ਦਿਖਾ ਲੈ। ਮੈਂ ਬਾਰ ਬਾਰ ਇਹੀ ਕਹਿੰਦੀ ਹਾਂ ਵੀ ਬੀਬਾ ਕੰਗਣਾ ਛੋਟੀ ਹੈ, ਕਲਾਕਾਰ ਹੈ, ਲੋਕਾਂ 'ਚ ਇੱਜ਼ਤ ਪਾ ਰਹੀ ਹੈ, ਪਰ ਇੱਜ਼ਤ ਪਾਉਣੀ ਸਿੱਖ, ਜ਼ੁਬਾਨ 'ਤੇ ਕੰਟਰੋਲ ਕਰ। ਸਿੱਖ ਟੈਰਰਿਸਟ ਨਹੀਂ ਹੈ, ਆਪਣੇ ਦਿਲ 'ਚ ਵਸਾ ਲੈ। ਜੇ ਦੁਬਾਰਾ ਸਿੱਖ ਟੈਰਰਿਸਟ ਤੂੰ ਬੋਲਿਆ ਪੰਜਾਬ 'ਚੋਂ ਲੰਘਣਾ ਤੈਨੂੰ ਔਖਾ ਹੋ ਜਾਊਗਾ। ਇਹਦਾ ਧਿਆਨ ਕਰੀ, ਨਾ ਕਰੀ ਇਹ ਗੱਲ। ਪੰਜਾਬੀ ਬਹੁਤ ਮੁਹੱਬਤੀ ਨੇ, ਪੰਜਾਬੀ ਕਿਸੇ ਵਾਸਤੇ ਵੀ ਆਪਣੀਆਂ ਪਲਕਾਂ ਵਿਛਾ ਕੇ ਰੱਖਦੇ ਨੇ, ਪੰਜਾਬੀ ਕਿਸੇ ਵਾਸਤੇ ਵੀ ਲੜ ਕੇ ਮਰ ਸਕਦੇ ਨੇ। ਉਹ ਨਹੀਂ ਦੇਖਦੇ ਕਿ ਕੌਣ ਹੈ, ਮੈਂ ਕਿਹਦੇ ਵਾਸਤੇ ਲੜ ਰਿਹਾ। ਪੰਜਾਬੀਆਂ ਦੀ ਅਣਖ ਨੂੰ ਕੋਈ ਜਗਾਉਂਦਾ ਤਾਂ ਪੰਜਾਬੀਆਂ ਵਰਗਾ ਦਲੇਰ ਵੀ ਫਿਰ ਕੋਈ ਨਹੀਂ ਗਾ। ਤੋ ਬਾਰ ਬਾਰ ਟੈਰਾਰਿਸਟ ਨਾ ਕਹਿ, ਪੰਜਾਬ ਟੈਰਾਰਿਜ਼ਮ ਦਾ ਗੜ ਨਹੀਂ ਹੈ।
ਪੰਜਾਬ ਬਹੁਤ ਸ਼ਾਂਤ ਇਲਾਕਾ ਹੈ। ਤੁਸੀਂ ਲੋਕ ਦੁਬਾਰਾ ਉਹ 84 ਵਾਲੇ ਵੇਲੇ ਸਾਨੂੰ ਯਾਦ ਨਾ ਕਰਾਓ। ਅਸੀਂ ਉਹਨਾਂ ਸਮਿਆਂ ਨੂੰ ਯਾਦ ਵੀ ਨਹੀਂ ਕਰਨਾ ਚਾਹੁੰਦੇ। ਇਹ ਪੰਜਾਬ ਬੜਾ ਸ਼ਾਂਤ ਹੈ। ਸੋ ਬੀਬਾ ਆਪਣੇ ਸ਼ਬਦ ਵਾਪਸ ਲੈ, ਚੰਗੀ ਰਹੇਗੀ, ਵੱਡੀ ਹੋ ਜਾਏਗੀ, ਆਪਣੇ ਆਪ ਨੂੰ ਵੱਡੇ ਪੈਡੈਸਟਲ ਤੇ ਖੜਾ ਪਾਏਗੀ ਜੇ ਆਪਣੇ ਦੋਵੇਂ ਹੱਥ ਜੋੜ ਕੇ ਮੀਡੀਆ ਦੇ ਵਿੱਚ ਇੱਕ ਟਵੀਟ ਦੇ ਵਿੱਚ ਹੀ ਇਹ ਲਿਖ ਦੇਵੇਂ ਕਿ ਮੈਂ ਜੋਸ਼ 'ਚ ਆ ਕੇ ਆਪਣੀ ਜ਼ੁਬਾਨ ਦਰਾਜ਼ੀ ਕਰਕੇ, ਮੈਂ ਆਪਣੀ ਜ਼ੁਬਾਨ 'ਤੇ ਕੰਟਰੋਲ ਨਾ ਹੋਣ ਕਰਕੇ ਪੰਜਾਬੀਆਂ ਨੂੰ ਟੈਰਰਿਸਟ ਕਿਹਾ, ਆਤੰਕਵਾਦ ਕਿਹਾ, ਪੰਜਾਬ 'ਚ ਆਤੰਕਵਾਦ ਕਿਹਾ, ਤੋ ਮੈਂ ਤੇਰੀ ਸ਼ੁਕਰਗੁਜ਼ਾਰ ਹੋਊਂਗੀ। ਜੀ ਮੈਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਦਰਸ਼ਕੋ, ਵਾਕਈ ਜਿਹੜਾ ਹੈ ਇਹ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ ਤੇ ਪੰਜਾਬੀ ਜਿਹੜੇ ਹੈਗੇ ਆਪਣੇ ਹੌਸਲੇ ਤੇ ਜਜ਼ਬੇ ਦੇ ਨਾਲ ਜਿਹੜਾ ਜ਼ਿੰਦਗੀ ਦੇ ਵਿੱਚ ਅਗਾਂਹ ਵੱਧਦੇ ਆ। ਜਿਵੇਂ ਮੈਮ ਹੋਰਾਂ ਨੇ ਗੱਲ ਕੀਤੀ ਹੈਗੀ ਕਿ ਜ਼ੁਬਾਨ ਜਿਹੜੀ ਹੈ ਨਾ ਬਹੁਤ ਮਾਇਨੇ ਰੱਖਦੀ ਹੈ। ਅਸੀਂ ਜੇਕਰ ਕੋਈ ਵੀ ਸ਼ਬਦ ਬੋਲਦੇ ਹਾਂ ਤਾਂ ਸਾਨੂੰ ਸੋਚ ਸਮਝ ਕੇ ਉਹਨੂੰ ਬੋਲਣਾ ਚਾਹੀਦਾ ਹੈ। ਕਹਿੰਦੇ ਆ ਕਿ ਇੱਕ ਵਾਰੀ ਮੂੰਹੋਂ ਨਿਕਲਿਆ ਸ਼ਬਦ ਜਿਹੜਾ ਆ ਕਦੇ ਵਾਪਸ ਨਹੀਂ ਪਰਤਦਾ ਹੁੰਦਾ। ਸੋ ਇਸੇ ਆਸ ਦੇ ਨਾਲ ਕਿ ਸਾਡਾ ਪੰਜਾਬ ਜਿਹੜਾ ਹਮੇਸ਼ਾ ਖੁਸ਼ਹਾਲ ਰਹੇਗਾ ਤੇ ਇਸ ਦੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਪਿਆਰ ਬਣਿਆ ਰਹੇਗਾ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ।